Hello everyone, welcome to Victor's Knowledge. This is Chinu Sharma, and today we are back with another important mega session on medieval history. ਤੇ ਅੱਜ ਦੇ ਇਸ ਲੈਕਚਰ ਦੇ ਅੰਦਰ ਆਪਾਂ ਜਿਹੜੇ ਟੌਪਿਕਸ ਤੇ MCQs ਕਵਰ ਕਰਾਂਗੇ ਉਹ ਨੇ ਇੱਕ ਤਾਂ ਰਿਲੀਜੀਅਸ ਮੂਵਮੈਂਟ ਜਿਹਦੇ ਵਿੱਚ ਆਪਾਂ ਬੁੱਧਿਜ਼ਮ ਜੈਨਿਜ਼ਮ ਇਹ ਸਾਰੇ ਕਵਰ ਕਰਾਂਗੇ ਨਾਲ ਹੀ ਦਿੱਲੀ ਸਲਤਨਤ ਤੇ ਭਗਤੀ ਤੇ ਸੂਫੀ ਮੂਵਮੈਂਟ ਸੋ ਮੈਂ ਟੌਪਿਕਸ ਇਸ ਲਈ ਮੈਂਸ਼ਨ ਕੀਤੇ ਨੇ ਸੋ ਦੈਟ ਤੁਹਾਨੂੰ ਈਜ਼ੀ ਹੋ ਜਾਵੇ ਕਿ ਆਪਣੇ ਕਿਹੜੇ ਕਿਹੜੇ ਟੌਪਿਕਸ ਤੇ ਕੁਐਸਚਨ ਤਿਆਰ ਹੋ ਗਏ ਕਿਉਂਕਿ ਜਿਵੇਂ ਹੁਣ PSSSB ਕਲਰਕ ਐਗਜ਼ਾਮ ਆਉਣ ਵਾਲਾ ਸੋ ਉਹਦੇ ਲਈ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਸੋ ਥਿਊਰੈਟੀਕਲ ਦੀ ਬਜਾਏ ਜੇ ਤੁਹਾਡੇ ਜਿਹੜੇ ਟੌਪਿਕਸ ਨੇ ਉਹ MCQ ਦੀ ਫਾਰਮ ਦੇ ਵਿੱਚ ਕਵਰ ਹੋਣਗੇ ਤਾਂ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਊਗਾ ਸੋ ਇਸੇ ਲਈ ਮੈਂ ਪੂਰੀ ਦੀ ਪੂਰੀ ਕੰਪਲੀਟ ਹਿਸਟਰੀ ਏਨਸ਼ੀਅਨ ਮਿਡੀਵਲ ਮਾਡਰਨ ਇੰਡੀਅਨ ਫਰੀਡਮ ਸਟਰਗਲ ਜਿਹਦੇ ਵਿੱਚ ਹੋਊਗੀ ਇਹ ਤਿੰਨਾਂ ਦੇ ਸਾਰੇ ਟੌਪਿਕ ਵਾਈਜ਼ ਤੁਹਾਨੂੰ ਜਿੰਨੇ ਵੀ ਇੰਪੋਰਟੈਂਟ MCQ ਬਣਦੇ ਨੇ ਤਿਆਰ ਕਰਵਾਉਂਗੀ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ So starting with first question, Gautam Buddha ne Mahaparinirvan kithe attain kita? So eda right answer hai option B, Kushinagar. Next question hai, who is supposed to be future Buddha in Mahayan Buddhism? So Buddhism de alag alag beliefs de school sige. So ina tinna de tusi naam yaad rakh lo kede kede school si. One was Vajrayan school. Second, Mahayan school and third was Theravada. So ure gal ho rahi hai ki jehda Mahayan Buddhism hai ohde mutabik future Buddha kinu kya gaya hai. So ehda right answer hai option C Maitreya. Te ek hor important fact tusi yaad rakhna hai ki main language kehdi si jehdi varti jandi si Mahayan Buddhism de dwara. So oh si Sanskrit language. Next is where did the Mahasanghika school rise? So Mahasanghika school arise hoya si option D Vaishali vich. Next is which of the following is not a Buddhism text? So text di gall aap odo karde ha jadon aap kise vi religious movement de naal related sources di gall kari aap ode bare jankari hasil karni hove. So Buddhism naal related jehde text nahi hai oh hai option B Acharang Sutra. Acharang Sutra hai related to Jainism. Jainism de ਜੋ ਵੀ ਟੀਚਿੰਗ ਨੇ ਲਾਰਡ ਮਹਾਵੀਰ ਦੀਆਂ ਜੋ ਵੀ ਰਿਲੀਜੀਅਸ ਟੈਕਸਟ ਨੇ ਉਹਨਾਂ ਨੂੰ ਜੈਨਿਜ਼ਮ ਦੇ ਵਿੱਚ ਕਿਹਾ ਜਾਂਦਾ ਹੈ ਅਗਾਮਾਸ ਸੋ ਇਹ ਵਰਡ ਤੁਸੀਂ ਯਾਦ ਰੱਖਣਾ ਹੈ ਤੇ ਅਗਾਮਾਸ ਦੇ ਵਿੱਚ ਇੱਕ ਆਉਂਦੇ ਨੇ 12 ਅੰਗਾਸ ਸੋ 12 ਅੰਗਾਸ ਦੇ ਵਿੱਚੋਂ ਜਿਹੜਾ ਫਰਸਟ ਅੰਗਾ ਹੈ ਦੈਟ ਇਜ਼ ਅਚਾਰੰਗ ਸੂਤਰ ਸੋ ਅਚਾਰੰਗ ਸੂਤਰ ਇਜ਼ ਨਾਟ ਰਿਲੇਟਿਡ ਟੂ ਬੁੱਧਿਜ਼ਮ ਇਟ ਇਜ਼ ਰਿਲੇਟਿਡ ਟੂ ਜੈਨਿਜ਼ਮ Next is earliest epigraphic evidence mentioning the birthplace of Sakyamuni Buddha is obtained from. So A aapan nu milde hai option D Rumende. Rumende kithe hai? So this place is in Lumbini, Nepal. Next is what is Kalyan Mitra in Buddhist philosophy? So Kalyan Mitra de layi jehda ik marg manya janda hai oda naam hai option C Astangika Marg. Next is ਇਹ ਚਾਰਾ ਡਿਸਿਪਲਸ ਦੇ ਵਿੱਚੋਂ ਮਹਾਤਮਾ ਬੁੱਧ ਨੇ ਕਿਹੜੇ ਡਿਸਿਪਲ ਨੂੰ ਸਭ ਤੋਂ ਲਾਸਟ ਸਰਮਨ ਦਿੱਤਾ ਸੋ ਸਰਮਨ ਹੁੰਦਾ ਬੇਸਿਕਲੀ ਇੱਕ ਰਿਲੀਜੀਅਸ ਜਾਂ ਮੋਰਲ ਟਾਕ ਕਿਸੇ ਨੂੰ ਕੋਈ ਤੁਸੀਂ ਮਾਰਗਦਰਸ਼ਕ ਕਰ ਰਹੇ ਹੋ ਕਿਸੇ ਦਾ ਸੋ ਬੁੱਧਾ ਨੇ ਲਾਸਟ ਸਰਮਨ ਦਿੱਤਾ ਸੀ ਆਪਸ਼ਨ ਸੀ ਸੁਭਦਰਾ ਨੂੰ ਨੈਕਸਟ ਹੈ ਜਿਹੜੇ ਮਹਾਵੀਰ ਸਵਾਮੀ ਨੇ ਸਰਮਨਸ ਦਿੱਤੇ ਉਹਨਾਂ ਦੀ ਭਾਸ਼ਾ ਕਿਹੜੀ ਸੀ ਲੈਂਗੁਏਜ ਕਿਹੜੀ ਸੀ ਸੋ ਉਹ ਸੀ ਆਪਸ਼ਨ ਬੀ ਅਰਧ ਮਗਧੀ ਨੈਕਸਟ ਹੈ 23ਵੇਂ ਜੈਨ ਤੀਰਥੰਕਰ ਕਿਹੜੀ ਜਗ੍ਹਾ ਨਾਲ ਐਸੋਸੀਏਟਿਡ ਸੀ ਸੋ 23rd ਜੈਨ ਤੀਰਥੰਕਰ ਵਾਸ ਐਸੋਸੀਏਟਿਡ ਵਿਦ ਆਪਸ਼ਨ ਸੀ ਵਾਰਾਣਸੀ ਦ ਟੀਚਿੰਗ ਆਫ ਪਰਸ਼ਵਨਾਥ ਇਜ਼ ਕਲੈਕਟਿਵ ਨੋਨ ਐਜ਼ ਸੋ ਪਰਸ਼ਵਨਾਥ ਜੀ ਦੀਆਂ ਜਿਹੜੀਆਂ ਵੀ ਟੀਚਿੰਗਸ ਨੇ ਉਹਨਾਂ ਦਾ ਜਿਹੜਾ ਇਕੱਠ ਹੈ ਕਲੈਕਸ਼ਨ ਹੈ ਉਹਨੂੰ ਕਹਿੰਦੇ ਆ ਚਤੁਰਿਆਮ ਆਪਸ਼ਨ ਡੀ ਤ੍ਰਿਪਿਟਾਕਾ ਵਾਸ ਰਿਟਨ ਇਨ ਸੋ ਤ੍ਰਿਪਿਟਾਕਾ ਲਿਖੀ ਗਈ ਸੀ ਪਾਲੀ ਲੈਂਗੁਏਜ ਦੇ ਵਿੱਚ ਆਪਸ਼ਨ ਸੀ ਕਿਹਨੂੰ ਲਾਈਟ ਆਫ ਏਸ਼ੀਆ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਸੋ ਲਾਈਟ ਆਫ ਏਸ਼ੀਆ ਕਹਿੰਦੇ ਆਪਾਂ ਲਾਰਡ ਬੁੱਧਾ ਨੂੰ ਆਪਸ਼ਨ ਬੀ ਬੁੱਧ ਚਰਿੱਤਰ ਕਿਹਨੇ ਲਿਖਿਆ ਵੈਰੀ ਇੰਪੋਰਟੈਂਟ ਕੁਐਸਚਨ ਬਾਰ ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ ਸੋ ਬੁੱਧ ਚਰਿੱਤ ਲਿਖਿਆ ਆਪਸ਼ਨ ਏ ਅਸ਼ਵਘੋਸ਼ ਨੇ ਯਪਾਨੀਆ ਵਾਸ ਅ ਸਕੂਲ ਆਫ
ਸੋ ਅਲੱਗ ਅਲੱਗ ਆਪਾਂ ਨੇ ਬੁੱਧੀਜ਼ਮ ਦੇ ਜਿਵੇਂ ਸਕੂਲ ਦੇਖੇ, ਸੋ ਜੈਨਿਜ਼ਮ ਦੇ ਸਕੂਲ ਦੀ ਗੱਲ ਕਰੀਏ ਤਾਂ ਯਪਾਨੀਆ ਇਜ਼ ਵਨ ਆਫ ਅ ਸਕੂਲ, ਸੋ ਯਪਾਨੀਆ ਇਜ਼ ਰਿਲੇਟਡ ਟੂ ਜੈਨਿਜ਼ਮ। ਤੀਜਾ, ਬੁੱਧਿਸਟ ਕਾਉਂਸਲ ਕਿੱਥੇ ਹੋਇਆ? ਸੋ ਤੀਜਾ ਬੁੱਧਿਸਟ ਕਾਉਂਸਲ ਹੋਇਆ ਸੀ ਆਪਸ਼ਨ ਬੀ, ਪਾਟਲੀਪੁੱਤਰ ਚ। ਦ ਕਨਸੈਪਟ ਆਫ ਅਨੁਵ੍ਰਤਾ ਵਾਸ ਐਡਵੋਕੇਟਿਡ, ਸੋ ਅਨੁਵ੍ਰਤਾ ਦਾ ਜਿਹੜਾ ਕਨਸੈਪਟ ਹੈ ਉਹ ਦਿੱਤਾ ਹੈ ਜੈਨਿਜ਼ਮ ਰਿਲੀਜਨ ਨੇ, ਆਪਸ਼ਨ ਸੀ। ਸੋ ਜੈਨਿਜ਼ਮ ਰਿਲੀਜਨ ਦੇ ਬੇਸਿਕਲੀ 12 ਮੇਨ ਵਾਉਸ ਨੇ, ਜਿਹਦੇ ਵਿੱਚੋਂ ਕਿ ਅਨੁਵ੍ਰਤਾ ਇੱਕ ਹੈ। ਸੋ ਇਹਦੇ ਵਿੱਚ ਬੇਸਿਕਲੀ ਕਿਹਾ ਗਿਆ ਕਿ ਕਿਸੇ ਨੇ ਵਾਇਲੈਂਸ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਚੋਰੀ ਨਹੀਂ ਕਰਨੀ। ਸੋ ਦਿਸ ਇਜ਼ ਕਨਸੈਪਟ ਆਫ ਅਨੁਵ੍ਰਤਾ। ਨੈਕਸਟ ਇਜ਼, ਕਿਹੜੇ ਕਲੈਨ ਤੋਂ ਮਹਾਤਮਾ ਬੁੱਧ ਬਿਲੋਂਗ ਕਰਦੇ ਸੀ? ਸੋ ਹੀ ਬਿਲੋਂਗ ਟੂ ਆਪਸ਼ਨ ਸੀ, ਸ਼ਾਕਿਆ ਕਲੈਨ। ਨੈਕਸਟ ਇਜ਼ ਵੈਰੀ ਇੰਪੋਰਟੈਂਟ ਕੁਐਸਚਨ, ਇਹ ਇੰਡੀਅਨ ਆਰਟ ਐਂਡ ਕਲਚਰ ਦਾ ਵੀ ਇੰਪੋਰਟੈਂਟ ਕੁਐਸਚਨ ਬਣਦਾ ਹੈ। ਬੁੱਧਿਸਟ, ਹਿੰਦੂ, ਜੈਨ ਰੌਕ ਕਟ ਕੇਵ ਕੋ ਐਗਜ਼ਿਸਟ? ਸੋ ਇਹ ਤਿੰਨੋਂ ਧਰਮਾਂ ਦੇ ਰੌਕ ਕਟ ਕੇਵ ਕਿੱਥੇ ਦਿਖਦੇ ਨੇ ਆਪਾਂ ਨੂੰ? ਆਪਸ਼ਨ ਸੀ, ਇਲੋਰਾ ਵਿੱਚ। ਸ਼ਵੇਤਾਂਬਰ ਅਗਾਮ ਵਾਸ ਫਾਈਨਲੀ ਐਡਿਟਡ ਐਟ ਦ ਜੈਨ ਕਾਉਂਸਲ ਆਫ, ਸੋ ਕਿਹੜੇ ਜੈਨ ਕਾਉਂਸਲ ਦੇ ਵਿੱਚ ਸ਼ਵੇਤਾਂਬਰ ਅਗਾਮ ਨੂੰ ਐਡਿਟ ਕੀਤਾ ਗਿਆ, ਇਹਨੂੰ ਫਾਈਨਲੀ ਟੈਕਸਟ ਕੀਤਾ ਗਿਆ? ਸੋ ਉਹ ਸੀ ਆਪਸ਼ਨ ਬੀ, ਵੱਲਵੀ ਵਿੱਚ। ਨੈਕਸਟ ਇਜ਼ ਵੈਰੀ ਇੰਪੋਰਟੈਂਟ, ਇਹ ਕੁਐਸਚਨ ਵੀ ਬਾਰ ਬਾਰ ਰਿਪੀਟ ਹੁੰਦਾ ਹੈ, ਮਿਲਿੰਦ ਫਨੋ ਇਜ਼ ਅ ਫਾਰਮ ਆਫ ਡਾਇਲੋਗ। ਸੋ ਇੱਕ ਗੱਲਬਾਤ ਹੈ ਕਿੰਗ ਮਿਨੈਂਡਰ ਤੇ ਬੁੱਧਿਸਟ ਮੌਂਗ ਦੇ ਵਿੱਚ, ਸੋ ਕਿਹੜੇ ਬੁੱਧਿਸਟ ਮੌਂਗ ਦੀ ਉਰੇ ਗੱਲ ਹੋ ਰਹੀ ਹੈ? ਸੋ ਉਹ ਹੈ ਆਪਸ਼ਨ ਏ, ਨਾਗਸੇਨ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਪ੍ਰਿੰਸੀਪਲ ਵਾਸ ਐਡਿਡ ਟੂ ਜੈਨਿਜ਼ਮ ਬਾਏ ਮਹਾਵੀਰ। ਸੋ ਬਹੁਤ ਸਾਰੇ ਪ੍ਰਿੰਸੀਪਲ ਸੀਗੇ ਜੈਨਿਜ਼ਮ ਦੇ, ਪਰ ਮਹਾਵੀਰ ਨੇ ਆ ਕੇ ਇੱਕ ਹੋਰ ਜਿਹੜਾ ਪ੍ਰਿੰਸੀਪਲ ਸੀ ਐਡ ਕੀਤਾ ਸੀ ਲਾਰਡ ਮਹਾਵੀਰ ਨੇ, ਸੋ ਉਹ ਸੀ ਆਪਸ਼ਨ ਸੀ, ਬ੍ਰਹਮਚਰਿਆ ਦਾ ਪ੍ਰਿੰਸੀਪਲ। ਵੈਰੀ ਵੈਰੀ ਇੰਪੋਰਟੈਂਟ। ਹੂ ਇਜ਼ ਬਿਲੀਵਡ ਬਾਏ ਦ ਜੈਨਾਸ ਟੂ ਬੀ ਦ ਫਸਟ ਤੀਰਥੰਕਰ? ਸੋ ਜੈਨਾਸ ਦੇ ਅਨੁਸਾਰ ਪਹਿਲੇ ਤੀਰਥੰਕਰ ਸੀ ਆਪਸ਼ਨ ਏ, ਰਿਸ਼ਭ ਦੇਵ। ਸੂਨਿਆਵਾਦ, ਇਹਦੇ ਫਾਊਂਡਰ ਕੌਣ ਨੇ? ਸੋ ਸੂਨਿਆਵਾਦ ਦੇ ਫਾਊਂਡਰ ਹੈ ਆਪਸ਼ਨ ਡੀ, ਨਾਗਾਰਜੁਨਾ। ਨੈਕਸਟ ਇਜ਼ ਅਜੀਵਿਕਾ ਸੰਪ੍ਰਦਾਇ ਦੇ ਫਾਊਂਡਰ ਕੌਣ ਹੈ? ਸੋ ਇਹਦੇ ਫਾਊਂਡਰ ਹੈ ਆਪਸ਼ਨ ਬੀ, ਮਕਾਲੀ ਗੋਸਾਲਾ। ਹੂ ਅਮੰਗ ਦ ਫੋਲੋਇੰਗ ਇਜ਼ ਗਿਵਨ ਦ ਕ੍ਰੈਡਿਟ ਆਫ ਕੈਰਿੰਗ ਜੈਨਿਜ਼ਮ ਇਨ ਸਾਊਥ ਇੰਡੀਆ? ਸੋ ਜੈਨਿਜ਼ਮ ਨੂੰ ਹੌਲੀ ਹੌਲੀ ਪੂਰੇ ਇੰਡੀਆ ਦੇ ਵਿੱਚ ਫੈਲਾਇਆ ਗਿਆ। ਸੋ ਜੇ ਆਪਾਂ ਸਾਊਥ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਉਹ ਏਰੀਆ ਦੇ ਵਿੱਚ ਜੈਨਿਜ਼ਮ ਨੂੰ ਕਿਹਨੇ ਫੈਲਾਇਆ, ਕਿਹਨੇ ਉੱਥੇ ਲਿਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ, ਜੈਨਿਜ਼ਮ ਧਰਮ ਨੂੰ ਅਪਣਾਉਣ ਬਾਰੇ ਦੱਸਿਆ? ਸੋ ਉਹ ਸੀ ਆਪਸ਼ਨ ਸੀ, ਭਦਰ ਬਾਹੂ। ਮਹਾਵੀਰ ਜੀ ਦਾ ਜਨਮ ਕਿੱਥੇ ਹੋਇਆ? ਸੋ ਲਾਰਡ ਮਹਾਵੀਰ ਵਾਸ ਬੋਰਨ ਐਟ ਆਪਸ਼ਨ ਸੀ, ਕੁੰਡ ਗ੍ਰਾਮ। ਹੂ ਵਾਸ ਦ ਲਾਸਟ ਤੀਰਥੰਕਰ? ਸੋ ਆਪਣੇ ਪਿੱਛੇ ਕੁਐਸਚਨ ਚ ਕੀਤਾ ਕਿ ਫਸਟ ਤੀਰਥੰਕਰ ਕੌਣ ਮੰਨੇ ਜਾਂਦੇ ਨੇ? ਰਿਸ਼ਭ ਦੇਵ। ਤੇ ਲਾਸਟ ਤੀਰਥੰਕਰ ਮੰਨੇ ਜਾਂਦੇ ਨੇ? ਮਹਾਵੀਰ ਸਵਾਮੀ, ਆਪਸ਼ਨ ਏ। ਇਨ ਵਿਚ ਜੈਨ ਕਾਉਂਸਿਲ ਜੈਨ ਧਰਮ ਵਾਸ ਡਿਵਾਈਡਡ ਟੂ ਸ਼ਵੇਤਾਂਬਰ ਐਂਡ ਦਿਗੰਬਰ? ਸੋ ਸ਼ਵੇਤਾਂਬਰ ਤੇ ਦਿਗੰਬਰ ਦੋ ਭਾਗਾਂ ਦੇ ਵਿੱਚ ਜੈਨ ਧਰਮ ਵੰਡਿਆ ਗਿਆ ਸੀਗਾ। ਸੋ ਕਿਹੜੇ ਜੈਨ ਕਾਉਂਸਿਲ ਦੇ ਵਿੱਚ ਡਿਵਾਈਡ ਹੋਇਆ ਸੀ? ਸੋ ਉਹ ਸੀ ਪਹਿਲਾ ਜੈਨ ਕਾਉਂਸਿਲ, ਆਪਸ਼ਨ ਏ। ਸੋ ਹੁਣ ਆਪਾਂ ਇੱਕ ਦੋ ਇੰਪੋਰਟੈਂਟ ਫੈਕਟ ਦੇਖ ਲੈਂਦੇ ਹਾਂ ਰਿਲੇਟਿਡ ਟੂ ਫਸਟ ਕਾਉਂਸਿਲ। ਸੋ ਇੱਕ ਤਾਂ ਫਸਟ ਕਾਉਂਸਿਲ ਕਿੱਥੇ ਹੋਇਆ ਸੀ? ਸੋ ਇਹ ਹੋਇਆ ਸੀ ਪਾਟਲੀਪੁੱਤਰ ਦੇ ਵਿੱਚ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਜੋ ਐਗਜ਼ਾਮ ਵਿੱਚ ਕਈ ਵਾਰੀ ਪੁੱਛੀ ਜਾਂਦੀ ਹੈ ਵੀ ਪਹਿਲੇ ਜੈਨ ਕਾਉਂਸਿਲ ਨੂੰ ਪ੍ਰਿਸਾਈਡ ਕਿਹਨੇ ਕੀਤਾ ਸੀ, ਹੈੱਡ ਕਿਹਨੇ ਕੀਤਾ ਸੀ? ਸੋ ਉਹ ਸੀ ਸਥੁਲ ਭਦਰ। ਸੋ ਇਹ ਨਾਮ ਵੀ ਤੁਸੀਂ ਯਾਦ ਰੱਖਣਾ। ਨੈਕਸਟ, ਦ ਫਸਟ ਸਰਮਨ ਆਫ ਬੁੱਧਾ ਮੇਡ ਐਟ ਸਰਨਾਥ। ਸੋ ਮਹਾਤਮਾ ਬੁੱਧ ਨੇ ਜਿਹੜੀ ਆਪਣੀ ਪਹਿਲੀ ਰਿਲੀਜੀਅਸ ਟੀਚਿੰਗ ਦਿੱਤੀ ਸੀ ਸਰਨਾਥ ਵਿੱਚ, ਸਰਮਨ, ਉਹਨੂੰ ਕੀ ਕਿਹਾ ਜਾਂਦਾ? ਸੋ ਉਹਨੂੰ ਆਪਾਂ ਕਹਿੰਦੇ ਹਾਂ ਆਪਸ਼ਨ ਏ, ਧਰਮ ਚੱਕਰ ਪਰਿਵਰਤਨ। ਨੈਕਸਟ ਇਜ਼, ਲਾਰਡ ਮਹਾਵੀਰ ਦੇ ਪਹਿਲੇ ਫੋਲੋਅਰ ਕੌਣ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਾਫੀ ਵਾਰੀ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ, ਸਪੈਸ਼ਲੀ ਜਿਹੜੇ ਐਗਜ਼ਾਮ ਪੀਪੀਐਸਸੀ ਕੰਡਕਟ ਕਰਦੀ ਹੈ। ਸੋ ਇਹਦਾ ਆਨਸਰ ਹੈ ਆਪਸ਼ਨ ਏ, ਜਮਾਲੀ। ਨੈਕਸਟ ਹੁਣ ਆਪਾਂ ਕੁਝ ਇੰਪੋਰਟੈਂਟ ਮੈਚ ਦੀ ਫੋਲੋਇੰਗ ਦੇਖਾਂਗੇ, ਇਹਦੇ ਨਾਲ ਜਿਹੜਾ ਆਪਣਾ ਕਨਸੈਪਟ ਹੈ ਜੈਨਿਜ਼ਮ ਦਾ, ਬੁੱਧੀਜ਼ਮ ਦਾ, ਇਹ ਹੋਰ ਡੀਪਲੀ ਤਿਆਰ ਹੋ ਜਾਊਗਾ। ਸੋ ਆਪਣੇ ਕੋਲ ਇਸ ਕੁਐਸਚਨ ਦੇ ਅੰਦਰ ਲਿਸਟ ਦਿੱਤੀ ਹੋਈ ਹੈ, ਸੋ ਆਪਾਂ ਨੇ ਦੱਸਣਾ ਹੈ ਵੀ ਜਿਹੜੀਆਂ ਚੀਜ਼ਾਂ ਦੀ ਗੱਲ ਹੋ ਰਹੀ ਹੈ ਇਹ ਰਾਈਟ ਸਾਈਡ ਤੇ, ਜਿਹੜੇ ਕੁਝ ਆਪਣੇ ਕੋਲ ਆਈਕਨ ਦੱਸੇ ਹੋਏ ਨੇ, ਕੁਝ ਚੀਜ਼ਾਂ ਦੇ ਨਾਮ ਦੱਸੇ ਹੋਏ ਨੇ ਵੀ ਕਿਹੜੀ ਚੀਜ਼ ਕਿਹਨੂੰ ਰਿਫਲੈਕਟ ਕਰ ਰਹੀ ਹੈ। ਸੋ ਪਹਿਲੀ ਹੈ ਬਰਥ। ਸੋ ਬਰਥ ਨੂੰ ਰਿਫਲੈਕਟ ਕਰਦਾ ਹੈ ਆਪਸ਼ਨ ਬੀ, ਲੋਟਸ ਐਂਡ ਬੁੱਲ।
ਦੂਜਾ first sermon, so first sermon ਨੂੰ reflect ਕਰਦਾ ਹੈ ਧਰਮ ਚੱਕਰ, so ਇਹ ਮਹਾਤਮਾ ਬੁੱਧ ਨਾਲ related ਹੈ। next is ਨਿਰਵਾਣ, so ਨਿਰਵਾਣ ਕਿੱਥੇ ਲਿਆ ਸੀ ਮਹਾਤਮਾ ਬੁੱਧ ਨੇ, ਬੋਧੀ ਟ੍ਰੀ। last ਹੈ ਪਰਿਨਿਰਵਾਣ, so ਪਰਿਨਿਰਵਾਣ ਸਟੂਪਾ, option A, so ਇਹਦਾ right answer ਹੈ option B। next is ਆਪਣੇ ਕੋਲ ਇੱਕ side ਤੇ ਤੀਰਥੰਕਰ ਨੇ, ਦੂਜੀ ਸਾਈਡ ਤੇ ਉਹਨਾਂ ਦੇ ਜਨਮ ਸਥਾਨ ਨੇ, ਸੋ ਆਪਾਂ ਨੇ ਸਹੀ ਮੈਚ ਕਰਨਾ ਹੈ। ਪਹਿਲਾ ਹੈ ਰਿਸ਼ਭਨਾਥ, ਸੋ ਇਹਨਾਂ ਦਾ ਜਨਮ ਹੋਇਆ ਆਪਸ਼ਨ 4 ਅਯੋਧਿਆ ਵਿੱਚ। ਦੈਨ ਸੰਭਵਨਾਥ, ਇਹਨਾਂ ਦਾ ਜਨਮ ਹੋਇਆ ਸਰਾਵਸਤੀ। ਪਦਮਨਾਥ, ਜਨਮ ਹੋਇਆ ਕੌਸੰਬੀ, ਤੇ ਪਰਸ਼ਭਨਾਥ ਜੀ ਦਾ ਕਾਸ਼ੀ, ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਡੀ। ਸੋ ਇਹ ਪੂਰੀ ਲਿਸਟ ਹੈ, ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ 24 ਦੇ 24 ਤੀਰਥੰਕਰ ਨੇ ਫਸਟ ਟਿਲ ਲਾਸਟ, ਤੇ ਨਾਲ ਉਹਨਾਂ ਦੀ ਬਰਥ ਪਲੇਸ। ਸੋ ਮੈਂ ਲਿਸਟ ਇਸੇ ਲਈ ਪ੍ਰੋਵਾਈਡ ਕਰਵਾਈ ਹੈ ਕਿਉਂਕਿ ਐਗਜ਼ਾਮ ਦੇ ਵਿੱਚ ਤੁਹਾਨੂੰ ਕਿਸੇ ਦੇ ਬਾਰੇ ਵੀ ਪੁੱਛਿਆ ਜਾ ਸਕਦਾ ਹੈ, ਸਿੰਗਲ ਕੁਐਸਚਨ ਆ ਸਕਦਾ ਹੈ, ਤੁਹਾਨੂੰ ਮੈਚ ਦੀ ਫੋਲੋਇੰਗ ਆ ਸਕਦਾ ਹੈ, ਕਰੈਕਟ ਇਨਕਰੈਕਟ। ਸੋ ਇਹ ਬਹੁਤ ਇੰਪੋਰਟੈਂਟ ਲਿਸਟ ਹੈ, ਕਾਫੀ ਵਾਰੀ ਸਟੂਡੈਂਟਸ ਇਸ ਤਰ੍ਹਾਂ ਦੇ ਜਿਹੜੇ ਫੈਕਟਸ ਨੇ ਰਿਲੇਟਡ ਟੂ ਬੁੱਧੀਜ਼ਮ ਜੈਨਿਜ਼ਮ ਉਹ ਮਿਸ ਕਰਦੇ ਨੇ, ਸੋ ਇਹ ਵੀ ਤੁਸੀਂ ਐਗਜ਼ਾਮ ਦੇ ਲਈ ਤਿਆਰ ਕਰਕੇ ਜਾਣੇ। ਨੈਕਸਟ ਇਸ ਜੈਨ ਤੀਰਥੰਕਰ ਤੇ ਉਹਨਾਂ ਦੀ ਕੋਗਨੀਜੈਂਸ, ਕਿਸ ਚੀਜ਼ ਤੋਂ ਪਹਿਚਾਣ ਕਰਦੇ ਆਪਾਂ ਜੈਨ ਤੀਰਥੰਕਰ ਦੀ। ਸੋ ਪਹਿਲਾ ਹੈ ਸ਼ਾਂਤੀਨਾਥ, ਇਹਨਾਂ ਦੀ ਪਹਿਚਾਣ ਹੁੰਦੀ ਹੈ ਐਂਟੀਲੋਪ ਤੋਂ। ਮਲੀਨਾਥ, ਇਹਨਾਂ ਦੀ ਵਾਟਰ ਜਾਰ। ਪਰਸ਼ਵਨਾਥ ਜੀ ਦੀ ਸਰਪੈਂਟ ਐਂਡ ਮਹਾਵੀਰ ਜੀ ਦੀ ਲਾਈਨ, ਆਪਸ਼ਨ 2, ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਡੀ। ਨੈਕਸਟ ਹੈ ਪਹਿਲੀ ਮੀਟਿੰਗ ਗੋਸਾਲ ਦੀ ਮਹਾਵੀਰ ਸਵਾਮੀ ਦੇ ਨਾਲ ਕਿੱਥੇ ਹੋਈ, ਸੋ ਇਹ ਹੋਈ ਸੀ ਆਪਸ਼ਨ ਡੀ, ਨਲੰਦਾ। The famous idol of Gumteshwar and famous Jain temple is situated at, so the answer is option C, Shravan Belgola. Who among the following scholar established Vajrayan sect of Buddhism in Tibet? So apne alag alag school sect padhe si, so jada Vajrayan sect siga onu Tibet de vich kine establish kita, so O si option B, Padmasambhav. Nanda dynasty de founder kaun ne, ਸੋ ਇਹਦੇ ਫਾਊਂਡਰ ਹੈ ਆਪਸ਼ਨ ਡੀ, ਮਹਾਪਦਮਨੰਦ। ਜਿਹੜਾ ਅਜੰਤਾ ਪੇਂਟਿੰਗਸ ਦਾ ਸਬਜੈਕਟ ਮੈਟਰ ਹੈ ਉਹ ਕਿਹੜੇ ਧਰਮ ਦੇ ਉੱਤੋਂ ਲਿਆ ਗਿਆ, ਸੋ ਮੇਨ ਸਬਜੈਕਟ ਮੈਟਰ ਜਿਹੜਾ ਰਿਫਲੈਕਟ ਹੁੰਦਾ ਅਜੰਤਾ ਦੀਆਂ ਪੇਂਟਿੰਗਸ 'ਚੋਂ ਉਹ ਹੈ ਆਪਸ਼ਨ ਬੀ, ਬੁੱਧਿਜ਼ਮ। ਨੈਕਸਟ ਇਜ਼ ਸਟੋਰੀ ਆਫ ਟ੍ਰਾਂਸਫਰਮੇਸ਼ਨ ਆਫ ਅ ਡਾਂਸਿੰਗ ਗਰਲ ਇਨ ਟੂ ਬੁੱਧਿਸਟ ਨਨ ਇਜ਼ ਨਰੇਟਿਡ, ਸੋ ਜਿਹੜੀ ਕਹਾਣੀ ਨਰੇਟ ਕੀਤੀ ਹੋਈ ਹੈ ਇਹ ਕੀਤੀ ਗਈ ਹੈ ਮਨੀ ਮੇਕਲਿਆਲੇ ਦੇ ਵਿੱਚ। ਨੈਕਸਟ ਇਜ਼ What was the Kutagar Shal literally a hut with a pointed roof? So Kutagar Shal ki sigi ik hut si, chompdi si jide pointed tikhi roof hundi si, chhat hundi si. So basically e jo Buddhism de naal je apa gal kariye ta Buddhism de context vich asli vich da matlab ki si, so ek ehji jagah si jithe intellectual debates hundiyan si ਬੁੱਧਿਸਟ ਮੈਂਡੀਕੈਂਟਸ ਦੀਆਂ, ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਬੀ। ਨੈਕਸਟ ਇਸ ਜਿਹੜੇ ਸਟੂਪਾਸ ਹੁੰਦੇ ਨੇ, ਸੋ ਇਹਨਾਂ ਦੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਛੋਟਾ ਜਿਹਾ ਬਕਸਾ ਹੁੰਦਾ ਹੈ, ਬਾਕਸ ਹੁੰਦਾ ਹੈ, ਸੋ ਉਸ ਬਾਕਸ ਦਾ ਨਾਮ ਕੀ ਹੈ? ਜਿਹੜੇ ਐਵੇਂ ਦੇ ਕੁਐਸਚਨ ਨੇ ਕਿਸੇ ਟੈਂਪਲ ਆਰਕੀਟੈਕਚਰ ਨੂੰ ਲੈ ਕੇ ਜਾਂ ਸਟੂਪਾਸ ਨੂੰ ਲੈ ਕੇ, ਇਹ ਇੰਡੀਅਨ ਆਰਟ ਐਂਡ ਕਲਚਰ ਦਾ ਵੀ ਬਹੁਤ ਇੰਪੋਰਟੈਂਟ ਪਾਰਟ ਨੇ, ਸੋ ਜਿਹੜਾ ਬਾਕਸ ਹੁੰਦਾ ਹੈ ਸਟੂਪਾਸ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ ਆਪਸ਼ਨ ਏ, ਰੈਲਿਕ ਕੈਸਕੇਟ। ਨੈਕਸਟ ਇਜ਼ ਵਿਚ ਵਨ ਆਫ ਦਾ ਫੋਲੋਇੰਗ ਬੁੱਧਿਸਟ ਟੈਕਸਟ ਸਪੀਕਸ ਆਫ 16 ਮਹਾਜਨਪਦ, ਸੋ ਕਿਹੜਾ ਬੁੱਧਿਸਟ ਟੈਕਸਟ ਹੈ ਜਿਹਦੇ ਵਿੱਚ 16 ਮਹਾਜਨਪਦ ਦੀ ਗੱਲ ਹੋ ਰਹੀ ਹੈ, ਉਹ ਹੈ ਆਪਸ਼ਨ ਏ, ਅੰਗੂਤਾਰ ਨਿਕਾਇਆ। ਵਿਚ ਆਫ ਦਾ ਫੋਲੋਇੰਗ ਸੇਕ੍ਰੇਟ ਬੁੱਧਿਸਟ ਪਲੇਸ ਵਾਸ ਸਿਚੁਏਟਡ ਔਨ ਦਾ ਰਿਵਰ ਨਿਰੰਜਨ, ਸੋ ਰਿਵਰ ਨਿਰੰਜਨ ਉੱਤੇ ਹੈ ਆਪਸ਼ਨ ਏ, ਬੋਧ ਗਿਆ। ਸੁਲਤਾਨ ਮਹਿਮੂਦ ਦਾ ਇੰਡੀਆ ਦੇ ਵਿੱਚ ਆਉਣ ਦਾ ਮੇਨ ਮਕਸਦ ਕੀ ਸੀ, ਸੋ ਮੇਨ ਇੰਡੀਆ ਦੇ ਵਿੱਚ ਆ ਕੇ ਜਿਹੜਾ ਉਹਨਾਂ ਨੇ ਕਨਕੁਐਸਟ ਕੀਤਾ ਉਹਦਾ ਓਬਜੈਕਟਿਵ ਸੀ ਜ਼ਿਆਦਾ ਤੋਂ ਜ਼ਿਆਦਾ ਵੈਲਥ ਐਕਵਾਇਰ ਕਰਨੀ, ਆਪਸ਼ਨ ਸੀ, ਐਕੁਜ਼ੀਸ਼ਨ ਆਫ ਵੈਲਥ। ਨਲੰਦਾ ਯੂਨੀਵਰਸਿਟੀ ਨੂੰ ਕਿਹਨੇ ਤਬਾਹ ਕੀਤਾ 1202 AD ਵਿੱਚ, ਸੋ ਇਹਨੂੰ ਡਿਸਟਰੋਏ ਕੀਤਾ ਸੀ ਆਪਸ਼ਨ ਬੀ, ਬਖਤਿਆਰ ਖਲਜੀ ਨੇ। ਹੂ ਅਮੰਗ ਦਾ ਫੋਲੋਇੰਗ ਇਸ਼ੂਡ ਕੁਆਇਨ ਵਿਦ ਸੀਟਿਡ ਲਕਸ਼ਮੀ ਔਨ ਵਨ ਸਾਈਡ ਐਂਡ ਰੂਲਰਸ ਨੇਮ ਇਨ ਦੇਵਨਗਰੀ ਔਨ ਦਾ ਅਦਰ, ਸੋ ਕੌਣ ਸੀ ਜਿਹਨੇ ਇਸ ਤਰ੍ਹਾਂ ਦੇ ਕੁਆਇਨ ਇਸ਼ੂ ਕੀਤੇ ਜਿਹਦੇ ਵਿੱਚ ਇੱਕ ਪਾਸੇ ਤਾਂ ਗੋਡੈਸ ਲਕਸ਼ਮੀ ਬੈਠੇ ਸੀ, ਦੂਜੇ ਪਾਸੇ ਜਿਹੜਾ ਉਸ ਸਮੇਂ ਦਾ ਰੂਲਰ ਸੀ ਉਹਦਾ ਨਾਮ ਸੀ ਦੇਵਨਗਰੀ ਦੇ ਵਿੱਚ।
ਸੋ ਇਹ ਸੀਗੇ ਆਪਸ਼ਨ ਏ ਮੁਹੰਮਦ ਗੌਰੀ ਦੇ ਦੁਆਰਾ ਇਸ਼ੂ ਕੀਤੇ ਗਏ ਕੁਆਇਨਸ। ਕੀਰਤੀ ਸਤੰਭ ਜਿਹੜਾ ਚਿਤੌਰ ਵਿੱਚ ਹੈ ਕਿਹਨੇ ਬਣਾਇਆ, ਵੈਰੀ ਇੰਪੋਰਟੈਂਟ, ਸੋ ਇਹਨੂੰ ਬਿਲਡ ਕੀਤਾ ਹੈ ਆਪਸ਼ਨ ਬੀ ਰਾਣਾ ਕੁੰਭਾ ਨੇ। ਖਜੁਰਾਓ ਟੈਂਪਲ ਕਿਹਨੇ ਬਣਾਇਆ, ਸੋ ਇਹਨੂੰ ਬਿਲਡ ਕੀਤਾ ਹੈ ਆਪਸ਼ਨ ਡੀ ਚੰਦੇਲਾਸ ਨੇ। ਸਲੇਵ ਡਾਇਨੈਸਟੀ ਦੇ ਪਹਿਲੇ ਰੂਲਰ ਕੌਣ ਸੀ, ਬਹੁਤ ਕਾਮਨ ਤੇ ਇੰਪੋਰਟੈਂਟ ਕੁਐਸਚਨ ਹੈ। ਸੋ ਸਲੇਵ ਡਾਇਨੈਸਟੀ ਦੇ ਪਹਿਲੇ ਰੂਲਰ ਸੀ ਕੁਤੁਬਦੀਨ ਐਬਕ। ਨੈਕਸਟ ਇਸ ਇਕਤਾ ਸਿਸਟਮ ਕਿਹਨੇ ਅਬੋਲਿਸ਼ ਕੀਤਾ, ਜਿਹੜਾ ਕੁਐਸਚਨ ਹੈ ਬਾਰ ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ। ਸੋ ਇਕਤਾ ਸਿਸਟਮ ਖਤਮ ਕੀਤਾ ਸੀ ਆਪਸ਼ਨ ਡੀ ਅਲਾਉਦੀਨ ਖਿਲਜੀ ਨੇ। ਕੁਤੁਬਦੀਨ ਐਬਕ ਨੇ ਕਿਹੜੇ ਬੁੰਦੇਲਖੰਡ ਦੇ ਰਾਜੇ ਨੂੰ ਡਿਫੀਟ ਕੀਤਾ ਸੀ, ਹਰਾਇਆ ਸੀ, ਸੋ ਉਹ ਸੀ ਪਰਮਾਰ ਦੀ ਦੇਵ ਆਪਸ਼ਨ ਏ। ਕਿਹੜੇ ਸੁਲਤਾਨ ਨੇ ਦਿੱਲੀ ਦੇ ਜਿਨ੍ਹਾਂ ਨੇ ਫੋਰਟ ਆਫ ਸੀਰੀ ਬਣਾਇਆ, ਸੋ ਇਹ ਬਣਾਇਆ ਸੀ ਆਪਸ਼ਨ ਸੀ ਅਲਾਉਦੀਨ ਖਿਲਜੀ ਨੇ। ਸੋ ਜਦੋਂ ਵੀ ਮਿਡੀਵਲ ਇੰਡੀਆ ਹਿਸਟਰੀ ਤੁਸੀਂ ਤਿਆਰ ਕਰਨੀ ਹੈ, ਤੁਸੀਂ ਮੇਨ ਫੋਕਸ ਕਰਨਾ ਹੈ ਪੇਂਟਿੰਗਸ ਤੇ, ਜੋ ਵੀ ਪੇਂਟਰ ਸੀ ਉਸ ਸਮੇਂ ਦੇ, ਜਾਂ ਫਿਰ ਕੋਈ ਮਿਊਜ਼ੀਸ਼ੀਅਨਸ ਦੀ ਗੱਲ ਹੋ ਰਹੀ ਹੈ, ਔਰ ਫੋਰ ਦੈਟ ਮੈਟਰ ਐਨੀ ਸਕਲਪਚਰ, ਟੋਮ, ਬਿਲਡਿੰਗ, ਮੋਨੂਮੈਂਟ, ਫੋਰਟਸ। ਸੋ ਇਸ ਤਰ੍ਹਾਂ ਦੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਮਿਡੀਵਲ ਇੰਡੀਆ ਹਿਸਟਰੀ ਵਿੱਚੋਂ। ਨੈਕਸਟ ਕੁਐਸਚਨ ਹੈ, ਹੂ ਅਮੰਗ ਦ ਫੋਲੋਇੰਗ ਅਮੀਰਸ ਵਾਜ਼ ਦ ਵਨ ਪਬਲਿਕਲੀ ਫਲੋਗ ਬਾਏ ਦ ਆਰਡਰ ਆਫ ਸੁਲਤਾਨ ਬਰਬਰ। ਸੋ ਪਬਲਿਕਲੀ ਲੋਕਾਂ ਦੇ ਸਾਹਮਣੇ ਉਹਨੂੰ ਫਲੋਗ ਕਰ ਦਿੱਤਾ ਸੀ, ਮਾਰਿਆ ਗਿਆ ਸੀ, ਸੋ ਸੁਲਤਾਨ ਬਲਬਨ ਦੇ ਆਰਡਰ ਤੇ। ਇਸ ਅਮੀਰ ਦਾ ਨਾਮ ਕੀ ਹੈ, ਸੋ ਇਹਦਾ ਨਾਮ ਹੈ ਆਪਸ਼ਨ ਡੀ ਮਲਿਕ ਬਕਬਕ। ਵੈਰੀ ਇੰਪੋਰਟੈਂਟ ਕੁਐਸਚਨ। ਨੈਕਸਟ ਇਜ਼, ਹੂ ਵਾਜ਼ ਦ ਗਵਰਨਰ ਆਫ ਕਾਰਾ ਮਨਿਕਪੁਰ ਟੂ ਹੈਵ ਅ ਰਿਵੋਲਟਿਡ ਅਗੇਂਸਟ ਸੁਲਤਾਨ ਜਲਾਲੂਦੀਨ ਫਿਰੋਜ਼ ਖਿਲਜੀ। ਸੋ ਕਿਹੜੇ ਗਵਰਨਰ ਸੀ ਜਿਨ੍ਹਾਂ ਨੇ ਸੁਲਤਾਨ ਜਲਾਲੂਦੀਨ ਦੇ ਅਗੇਂਸਟ ਰਿਵੋਲਟ ਕੀਤੀ ਸੀ, ਵਿਦਰੋਹ ਕੀਤਾ ਸੀ, ਸੋ ਉਹ ਸੀ ਆਪਸ਼ਨ ਡੀ ਮਲਿਕ ਛੱਜੂ। ਨੈਕਸਟ ਇਜ਼, ਵਿਚ ਸੁਲਤਾਨ ਆਫ ਡੈਲੀ ਮੇਡ ਅ ਰੂਲ ਦੈਟ ਇਨ ਐਨੀ ਗਿਵਨ ਈਅਰ ਲੈਂਡ ਰੈਵਨਿਊ ਕੈਨ ਬੀ ਇਨਕਰੀਜ਼ਡ ਓਨਲੀ ਨੋਮੀਨਲ 1/10 ਔਰ 1/11। ਸੋ ਕਿਹੜੇ ਦਿੱਲੀ ਦੇ ਸੁਲਤਾਨ ਸੀ ਜਿਨ੍ਹਾਂ ਨੇ ਇੱਕ ਪੱਕਾ ਤੈਅ ਕਰਤਾ ਸੀ ਵੀ ਹਰ ਸਾਲ ਜੇ ਕਿਸੇ ਨੇ ਲੈਂਡ ਰੈਵਨਿਊ ਜਿਹੜਾ ਉਹ ਵਧਾਉਣਾ ਤਾਂ ਇੱਕ ਪ੍ਰੋਪਰ ਰੇਟ ਦੇ ਉੱਤੇ ਵਧੂ, ਇਹ ਨਹੀਂ ਕਿ ਜਿੰਨਾ ਮਰਜ਼ੀ ਵਧਾ ਦਿਓ। ਸੋ ਇਹ ਕਿਆ ਸੀ, ਆਪਸ਼ਨ ਸੀ ਗਿਆਸੁਦੀਨ ਤੁਗਲਕ ਨੇ। ਤਰੀਕੇ ਫਿਰੋਜ਼ ਸ਼ਾਹੀ ਕਿਹਨੇ ਲਿਖੀ ਹੈ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਸੋ ਦਿਸ ਵਾਜ਼ ਰਿਟਨ ਬਾਏ ਬਰਨੀ ਐਂਡ ਅਫੀਫ, ਆਪਸ਼ਨ ਬੀ। ਤੁਰਕਿਸ਼ ਬਰੋਡ ਵਿਦ ਦੈਮ ਮਿਊਜ਼ੀਕਲ ਇੰਸਟਰੂਮੈਂਟ। ਤੁਰਕਿਸ਼ ਲੋਕ ਸੀ ਜਿਹੜੇ ਉਹ ਆਪਣੇ ਨਾਲ ਇੰਡੀਆ ਵਿੱਚ ਕਿਹੜੇ ਮਿਊਜ਼ੀਕਲ ਇੰਸਟਰੂਮੈਂਟ ਲੈ ਕੇ ਆਏ, ਸੋ ਉਹ ਲੈ ਕੇ ਆਏ ਰਬਾਬ ਤੇ ਸਰੰਗੀ, ਆਪਸ਼ਨ ਏ। ਹੂ ਆਫ ਦ ਫੋਲੋਇੰਗ ਵਾਜ਼ ਰਿਸਪੋਂਸੀਬਲ ਫਾਰ ਦ ਮਰਡਰ ਆਫ ਹਿਸ ਫਾਦਰ। ਸੋ ਇਹਨਾਂ ਦੇ ਵਿੱਚੋਂ ਕੌਣ ਸੀ ਜਿਹੜਾ ਆਪਣੇ ਫਾਦਰ ਦੇ ਮਰਡਰ ਦੇ ਲਈ ਰਿਸਪੋਂਸੀਬਲ ਸੀ, ਸੋ ਉਹਨਾਂ ਨੂੰ ਮਾਰ ਕੇ ਗੱਦੀ ਉੱਤੇ ਬੈਠੇ, ਉਹ ਸੀ ਮੁਹੰਮਦ ਬਿਨ ਤੁਗਲਕ। ਇਹਨਾਂ ਨੇ ਆਪਣੇ ਫਾਦਰ ਗਿਆਸੁਦੀਨ ਤੁਗਲਕ ਦਾ ਮਰਡਰ ਕੀਤਾ। ਨੈਕਸਟ ਇਜ਼, ਜਿੰਨੀਆਂ ਵੀ ਅਲਾਉਦੀਨ ਖਿਲਜੀ ਦੀਆਂ ਮੇਨ ਇੰਪੋਰਟੈਂਟ ਸਟਰੋਂਗ ਮਿਲਟਰੀ ਐਕਸਪੀਡੀਸ਼ਨਸ ਨੇ, ਅਮੀਰ ਖੁਸਰੋ ਨੇ ਉਹਨਾਂ ਨੂੰ ਕਿਹਦੇ ਵਿੱਚ ਲਿਖਿਆ, ਕਿਹੜੇ ਕੰਮ, ਕਿਹੜੇ ਟੈਕਸਟ ਵਿੱਚ ਲਿਖਿਆ ਹੋਇਆ, ਸੋ ਉਹ ਲਿਖਿਆ ਹੋਇਆ ਹੈ ਆਪਸ਼ਨ ਡੀ ਖਜ਼ਾਇਨ ਉਲ ਫੁਤੂ ਵਿੱਚ। ਫਤੂਹਤ ਏ ਫਿਰੋਜ਼ ਸ਼ਾਹੀ ਕਿਹਨੇ ਲਿਖੀ ਹੈ, ਸੋ ਇਹਦੇ ਔਥਰ ਹੈ ਸੁਲਤਾਨ ਫਿਰੋਜ਼ ਸ਼ਾਹ, ਆਪਸ਼ਨ ਡੀ। ਜਿਹੜੀ ਜੌਨਪੁਰ ਦਾ ਸ਼ਹਿਰ ਹੈ ਉਹਨੂੰ ਕਿਹਨੇ ਫਾਊਂਡ ਕੀਤਾ, ਸੋ ਸਿਟੀ ਆਫ ਜੌਨਪੁਰ ਵਾਜ਼ ਫਾਊਂਡਡ ਬਾਏ ਆਪਸ਼ਨ ਬੀ ਫਿਰੋਜ਼ ਸ਼ਾਹ ਤੁਗਲਕ। ਦ ਫਸਟ ਸਿਲਵਰ ਟੰਗ ਆਫ ਡੈਲੀ ਸਲਤਨਤ ਵਾਜ਼ ਇਸ਼ੂਡ, ਸੋ ਇਹਨੂੰ ਇਸ਼ੂ ਕੀਤਾ ਸੀ ਪਹਿਲਾ ਸਿਲਵਰ ਟਾਂਕਾ ਡੈਲੀ ਸਲਤਨਤ ਦਾ ਇਲਤੁਤਮਿਸ਼ ਨੇ, ਆਪਸ਼ਨ ਬੀ। ਵਿਚ ਆਫ ਦ ਫੋਲੋਇੰਗ ਰੈਪ੍ਰੈਜੈਂਟਡ ਰੋਇਲ ਸੈਕਰੀਟੇਰੀਅਟ, ਸੋ ਇਹਨਾਂ ਵਿੱਚੋਂ ਕਿਹੜਾ ਇੱਕ ਡਿਪਾਰਟਮੈਂਟ ਹੈ ਜਿਹੜਾ ਰੋਇਲ ਸੈਕਰੀਟੇਰੀਅਟ ਦਾ ਡਿਪਾਰਟਮੈਂਟ ਰੈਪ੍ਰੈਜੈਂਟ ਕਰਦਾ ਹੈ ਸਲਤਨਤ ਪੀਰੀਅਡ ਦੇ ਵਿੱਚ, ਸੋ ਉਹ ਹੈ ਦੀਵਾਨ ਏ ਇਨਸ਼ਾ, ਆਪਸ਼ਨ ਬੀ। ਸੋ ਇਹਨਾਂ ਦੇ ਵਿੱਚੋਂ ਵੀ 100% ਕੁਐਸਚਨ ਆਉਂਦਾ ਹੈ ਕਿ ਦੀਵਾਨ ਏ ਅਰਜ਼ ਕੀ ਹੈ, ਦੀਵਾਨ ਏ ਕੋਹੀ ਕੀ ਹੈ। ਸੋ ਜਿਹੜੇ ਡਿਪਾਰਟਮੈਂਟਸ ਨੇ ਇਹ ਵੀ ਤੁਹਾਨੂੰ ਐਗਜ਼ਾਮ ਦੇ ਲਈ ਸਾਰੇ ਯਾਦ ਹੋਣੇ ਚਾਹੀਦੇ ਆ। ਨੈਕਸਟ ਇਜ਼, ਬਲਬਨ ਫੇਲ ਟੂ ਐਕਸਪੈਂਡ ਹਿਸ ਟੈਰੀਟਰੀਜ ਬਿਕੋਜ਼ ਆਫ, ਸੋ ਬਲਬਨ ਜਿਹੜਾ ਆਪਣਾ ਪੂਰਾ ਦਾ ਪੂਰਾ ਰੂਲ ਸੀ ਉਹਨੂੰ ਐਕਸਪੈਂਡ ਨਹੀਂ ਕਰ ਪਾਇਆ, ਟੈਰੀਟਰੀਜ਼ ਨਹੀਂ ਵਧਾ ਸਕਿਆ, ਕਿਉਂ, ਕਿਉਂਕਿ ਉਹਨੂੰ ਮੰਗੋਲ ਇਨਵੇਡਰਸ ਦਾ ਡਰ ਹੋ ਗਿਆ ਸੀ, ਫੀਅਰ ਆਫ ਮੰਗੋਲ ਇਨਵੇਡਰ, ਆਪਸ਼ਨ ਸੀ। ਵਿਚ ਵਨ ਆਫ ਦ ਫੋਲੋਇੰਗ ਵਾਜ਼ ਨਾਟ ਕੰਸਟਰਕਟਡ ਬਾਏ ਕੁਤੁਬਦੀਨ ਐਬਕ, ਸੋ ਇਹਨਾਂ ਦੇ ਵਿੱਚੋਂ ਕੁਤੁਬਦੀਨ ਐਬਕ ਨੇ ਜਿਹੜੀ ਚੀਜ਼ ਕੰਸਟਰਕਟ ਨਹੀਂ ਕੀਤੀ ਉਹ ਹੈ ਆਪਸ਼ਨ ਡੀ ਅਲਾਏ ਦਰਵਾਜ਼ਾ,
ਬਾਕੀ ਤਿੰਨੋਂ ਕੁਤਬਦੀਨ ਐਬਕ ਨੇ ਕੰਸਟਰਕਟ ਕੀਤੀਆਂ। ਸੋ ਅਲਾਈ ਦਰਵਾਜ਼ਾ ਵਾਸ ਕੰਸਟਰਕਟਡ ਬਾਈ ਸੁਲਤਾਨ ਅਲਾਉਦੀਨ ਖਿਲਜੀ। ਨੈਕਸਟ ਇਜ਼ ਅਲਾਉਦੀਨ ਦੇ ਇਨਵੇਜ਼ਨ ਦੇ ਟਾਈਮ ਵਰੰਗਲ ਕੌਣ ਰੂਲ ਕਰ ਰਿਹਾ ਸੀ? ਸੋ ਵਰੰਗਲ ਵਾਸ ਰੂਲਡ ਬਾਈ ਕਾਕਾਟੀਆ ਡਾਇਨੈਸਟੀ। ਵੈਰੀ ਇੰਪੋਰਟੈਂਟ ਕੁਐਸਚਨ। ਵਿਚ ਨਿਊ ਡਿਪਾਰਟਮੈਂਟ ਵਾਸ ਸਟਾਰਟਡ ਬਾਈ ਮੁਹੰਮਦ ਬਿਨ ਤੁਗਲਕ ਫੋਰ ਡਿਵੈਲਪਮੈਂਟ ਆਫ ਐਗਰੀਕਲਚਰ? ਸੋ ਇਹ ਡਿਪਾਰਟਮੈਂਟ ਸੀ ਐਗਰੀਕਲਚਰ ਨਾਲ ਰਿਲੇਟਿਡ ਜਿਹੜਾ ਮੁਹੰਮਦ ਬਿਨ ਤੁਗਲਕ ਨੇ ਇੰਟਰੋਡਿਊਸ ਕੀਤਾ। ਆਪਸ਼ਨ ਸੀ ਦੀਵਾਨੇ ਕੋਹੀ। ਹੂ ਅਮੰਗ ਦ ਫੋਲੋਇੰਗ ਕੋਨਸਟੀਟਿਊਟਿਡ ਤੁਰਕਨ ਏ ਚਹਿਲਗਿਨੀ? ਸੋ ਤੁਰਕਾਨ ਏ ਚਹਿਲਗਿਨੀ ਕੋਨਸਟੀਟਿਊਟ ਕੀਤੀ ਸੀ। ਆਪਸ਼ਨ ਬੀ ਇਲਤੁਤਮਿਸ਼ ਨੇ। ਵੈਰੀ ਇੰਪੋਰਟੈਂਟ ਕੁਐਸਚਨ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਸਨ ਆਫ ਅਲਾਉਦੀਨ ਖਿਲਜੀ ਵਾਸ ਬੋਰਨ ਆਫ ਹਿਸ ਵਾਈਫ? ਜਤਿਆ ਪਾਲੀ, ਦ ਡਾਟਰ ਆਫ ਰਾਜਾ ਰਾਮ ਚੰਦਰ ਦੇਵ ਆਫ ਦੇਵਗਿਰੀ। ਸੋ ਇਸ ਰਾਜਾ ਦੀ ਬੇਟੀ ਸੀ ਜਤਿਆ ਪਾਲੀ, ਜਿਹੜੀ ਕਿ ਅਲਾਉਦੀਨ ਖਿਲਜੀ ਦੀ ਵਾਈਫ ਸੀ। ਸੋ ਕੁਐਸਚਨ ਹੈ ਕਿ ਇਹਨਾਂ ਦੋਨਾਂ ਦਾ ਸਨ ਕੌਣ ਸੀ? ਸੋ ਸਨ ਵਾਸ ਆਪਸ਼ਨ ਏ ਸ਼ਿਹਾਬੂਦੀਨ ਉਮਰ। ਤਿੱਬੇ ਸਿਕੰਦਰੀ ਵਿਚ ਵਾਸ ਕੰਪਾਈਲਡ ਫਰੋਮ ਸੰਸਕ੍ਰਿਤ ਸੋਰਸ? ਸੋ ਇਹਦੇ ਵਿੱਚ ਕੀ ਲਿਖਿਆ ਹੁੰਦਾ ਸੀ? ਸੋ ਬੇਸਿਕਲੀ ਇਹਦੇ ਵਿੱਚ ਮੈਡੀਸਿਨ ਦੇ ਬਾਰੇ ਸਾਰੀ ਨੌਲੇਜ ਸੀ। ਆਪਸ਼ਨ ਬੀ। ਟਰਮ ਸੌਂਦਾਰ ਐਜ ਲੋਨ ਟੂ ਪੀਜ਼ੈਂਟ ਵਾਸ ਯੂਜ਼ ਡਿਊਰਿੰਗ ਦ ਟਾਈਮ ਆਫ? ਸੋ ਸੌਂਦਾਰ ਲੋਨ ਦੇ ਲਈ ਜਿਹੜਾ ਟਰਮ ਯੂਜ ਕੀਤੀ ਜਾਂਦੀ ਸੀ ਇਹ ਕੀਤੀ ਜਾਂਦੀ ਸੀ ਮੁਹੰਮਦ ਬਿਨ ਤੁਗਲਕ ਦੇ ਟਾਈਮ। ਆਪਸ਼ਨ ਸੀ। ਸ਼ਸ਼ਕਾਨੀ ਵਾਸ ਅ ਸਮਾਲ ਸਿਲਵਰ ਕੋਇਨ? ਸੋ ਸ਼ਸ਼ਕਾਨੀ ਇੱਕ ਛੋਟਾ ਸਿਲਵਰ ਦਾ ਚਾਂਦੀ ਦਾ ਸਿੱਕਾ ਸੀ, ਕਿਹਦੇ ਬਰਾਬਰ ਸੀ? ਸੋ ਇੱਕ ਸ਼ਸ਼ਕਾਨੀ ਸੀਗੀ 6 ਜਿੱਟਲ ਦੇ ਬਰਾਬਰ। ਆਪਸ਼ਨ ਬੀ। ਨੈਕਸਟ ਇਜ਼ ਗਜ਼ੇ ਸਿਕੰਦਰੀ ਤੇ ਗਜ਼ੇ ਇਲਾਹੀ ਕੁਝ ਮੈਜ਼ਰਮੈਂਟਸ ਨੇ, ਇਹਨਾਂ ਦਾ ਆਪਸ ਦੇ ਵਿੱਚ ਡਿਫਰੈਂਸ ਕੀ ਹੈ? ਸੋ ਇਹਦਾ ਡਿਫਰੈਂਸ ਹੈ ਕਿ ਇਹ ਹੈ 39 ਮੈਜ਼ਰਡ, ਇਹ ਹੈ 41 41। ਸੋ ਆਪਸ਼ਨ ਏ ਇਜ਼ ਦ ਰਾਈਟ ਆਨਸਰ। ਆਗਰਾ ਕਿਹਨੇ ਫਾਊਂਡ ਕੀਤਾ? ਸੋ ਆਗਰਾ ਦੇ ਫਾਊਂਡਰ ਨੇ ਸਿਕੰਦਰ ਲੋਧੀ। ਆਪਸ਼ਨ ਸੀ। ਇਬਨ ਬਤੂਤਾ ਕਿਹੜੇ ਰੂਲਰ ਦੇ ਸਮੇਂ ਇੰਡੀਆ ਦੇ ਵਿੱਚ ਆਏ? ਸੋ ਹੀ ਵਿਜ਼ਿਟਡ ਇੰਡੀਆ ਡਿਊਰਿੰਗ ਦ ਰੀਨ ਆਫ? ਆਪਸ਼ਨ ਡੀ ਮੁਹੰਮਦ ਬਿਨ ਤੁਗਲਕ। ਨੈਕਸਟ ਇਜ਼ ਇੱਕ ਸਟੇਟਮੈਂਟ ਦਿੱਤੀ ਸੀ ਵੀ ਇੰਪੋਰਟੈਂਟ ਆਸਪੈਕਟ ਹੈ ਜਿਹੜਾ ਤੁਰਕਿਸ਼ ਕਨਕੁਐਸਟ ਦਾ ਨਾਰਥ ਇੰਡੀਆ ਦਾ, ਉਹ ਸੀ ਉੱਥੋਂ ਦੀ ਅਰਬਨ ਰੈਵੋਲਿਊਸ਼ਨ। ਸੋ ਇਹ ਸਟੇਟਮੈਂਟ ਦਿੱਤੀ ਸੀ ਆਪਸ਼ਨ ਬੀ ਐਮ ਹਬੀਬ ਨੇ। ਨਿਜ਼ਾਮੂਦੀਨ ਜੁਨੈਦੀ ਕਿਹਦੇ ਵਜ਼ੀਰ ਸੀ? ਸੋ ਇਹ ਸੀ ਇਲਤੁਤਮਿਸ਼ ਦੇ ਵਜ਼ੀਰ। ਵੈਰੀ ਇੰਪੋਰਟੈਂਟ। ਕਿਹੜੇ ਹਿਸਟੋਰੀਅਨ ਹੈ ਜਿਨ੍ਹਾਂ ਨੇ ਅਕੰਪਨੀ ਕੀਤਾ ਸੀ ਅਲਾਉਦੀਨ ਖਿਲਜੀ ਨੂੰ ਜਦੋਂ ਡੈਕਨ ਵੱਲ ਨੂੰ ਗਏ ਸੀ? ਸੋ ਜਦੋਂ ਡੈਕਨ ਨੂੰ ਕਨਕੁਐਰ ਕਰਨ ਗਏ ਸੀ ਉਸ ਸਮੇਂ ਅਲਾਉਦੀਨ ਖਿਲਜੀ ਨੂੰ ਅਕੰਪਨੀ ਕੀਤਾ ਸੀ ਅਮੀਰ ਖੁਸਰਾਓ ਨੇ। ਆਪਸ਼ਨ ਸੀ। ਕਿਹੜੇ ਸਕਾਲਰ ਹੈ ਜਿਨ੍ਹਾਂ ਨੂੰ ਟਾਈਟਲ ਦਿੱਤਾ ਗਿਆ ਹੁਜ਼ਰਤ ਉਲ ਇਸਲਾਮ ਦਾ? ਸੋ ਇਹ ਟਾਈਟਲ ਦਿੱਤਾ ਸ਼ਾਹ ਵਲੀ ਉੱਲਾ ਨੂੰ। ਆਪਸ਼ਨ ਏ। ਸੋ ਦਿਸ ਇਜ਼ ਇੰਪੋਰਟੈਂਟ ਨੇਮ ਆਫ ਅ ਸਕਾਲਰ। ਵਿਚ ਵਾਸ ਦ ਨੇਮ ਆਫ ਜੈਨ ਸੇਂਟ ਵਿਦ ਹੂਮ ਮੁਹੰਮਦ ਤੁਗਲਕ ਹੈਲਡ ਡਿਸਕਸ਼ਨ? ਸੋ ਮੁਹੰਮਦ ਤੁਗਲਕ ਨੇ ਜਿਹੜੇ ਜੈਨ ਸੇਂਟ ਦੇ ਨਾਲ ਗੱਲਬਾਤ ਕੀਤੀ, ਡਿਸਕਸ਼ਨ ਕੀਤੀਆਂ, ਉਹਨਾਂ ਦਾ ਨਾਮ ਹੈ ਜਿਨ ਪ੍ਰਭਾ ਸੂਰੀ। ਆਪਸ਼ਨ ਡੀ। ਵਿਚ ਆਫ ਦ ਫੋਲੋਇੰਗ ਸੁਲਤਾਨਸ ਆਫ ਡੈਲੀ ਫੋਰ ਦ ਫਸਟ ਟਾਈਮ ਬੈਂਡ ਵਿਜ਼ਿਟ ਆਫ ਮੁਸਲਿਮ ਵਿਮੈਨ ਟੂ ਟੋਮ ਸਿਚੁਏਟਡ ਆਊਟਸਾਈਡ ਦਿੱਲੀ? ਦਿੱਲੀ ਤੋਂ ਬਾਹਰ ਜੋ ਵੀ ਟੋਮ ਸੀ ਉੱਥੇ ਮੁਸਲਿਮ ਵਿਮੈਨ ਦਾ ਜਾਣਾ ਬੰਦ ਕਰਤਾ ਸੀ, ਇਹ ਕੀਤਾ ਸੀ ਆਪਸ਼ਨ ਸੀ ਫਿਰੋਜ਼ ਸ਼ਾਹ ਤੁਗਲਕ ਨੇ। ਕਿਹੜੇ ਮੁਸਲਿਮ ਰੂਲਰ ਸੀ ਜਿਨ੍ਹਾਂ ਨੇ ਪਹਿਲੀ ਵਾਰੀ ਮਿਡੀਵਲ ਇੰਡੀਆ ਦੇ ਵਿੱਚ ਹੋਲੀ ਖੇਡੀ? ਇੰਪੋਰਟੈਂਟ ਕੁਐਸਚਨ। ਸੋ ਇਹ ਸੀ ਆਪਸ਼ਨ ਏ ਮੁਹੰਮਦ ਬਿਨ ਤੁਗਲਕ। ਵਿਚ ਸੁਲਤਾਨ ਆਫ ਸਲਤਨਤ ਪੀਰੀਅਡ ਇੰਟਰੋਡਿਊਸਡ ਇਰੀਗੇਸ਼ਨ ਟੈਕਸ ਪਹਿਲੀ ਵਾਰੀ? ਕਿਹਨੇ ਇੰਟਰੋਡਿਊਸ ਕੀਤਾ? ਸੋ ਦਿਸ ਹੈਡ ਬੀਨ ਇੰਟਰੋਡਿਊਸਡ ਬਾਏ ਆਪਸ਼ਨ ਡੀ ਫਿਰੋਜ਼ ਤੁਗਲਕ। ਕਿਹੜੇ ਸੂਫੀ ਸੇਂਟ ਸੀ ਦਿੱਲੀ ਦੇ ਜਿਨ੍ਹਾਂ ਦੇ ਨਾਲ ਇੱਕ ਫੇਮਸ ਸੇਇੰਗ ਜੁੜੀ ਹੋਈ ਹੈ ਹਨੂਸ ਦਿੱਲੀ ਦੂਰ ਅਸਤ? ਸੋ ਇਹ ਜੁੜੀ ਹੋਈ ਹੈ ਆਪਸ਼ਨ ਏ ਨਿਜ਼ਾਮੂਦੀਨ ਔਲੀਆ ਨਾਲ। ਮੋਸਟ ਰੈਪੀਟੇਟਿਵ ਕੁਐਸਚਨ ਇਨ ਆਲ ਐਗਜ਼ਾਮ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਨੈਕਸਟ ਇਜ਼ ਦੀਵਾਨ ਏ ਮੁਸਤ ਖਰਾਜ ਕਿਹਨੇ ਇਸਟੈਬਲਿਸ਼ ਕੀਤਾ? ਸੋ ਇਹ ਇਸਟੈਬਲਿਸ਼ ਕੀਤਾ ਸੀ ਆਪਸ਼ਨ ਡੀ ਅਲਾਉਦੀਨ ਖਿਲਜੀ ਨੇ। ਸੋ ਬੇਸਿਕਲੀ ਜਿਹੜਾ ਡਿਪਾਰਟਮੈਂਟ ਸੀ ਇਹ ਸੀ ਸਾਰੀ ਜਾਣਕਾਰੀ ਲੈਣ ਦੇ ਲਈ ਵੀ ਕਿੰਨਾ ਰੈਵਨਿਊ ਆਊਟਸਟੈਂਡਿੰਗ ਹੈ, ਕਿੰਨੇ ਰੈਵਨਿਊ ਏਰੀਅਲਸ ਨੇ। ਹੂ ਅਮੰਗ ਦ ਫੋਲੋਇੰਗ ਸੁਲਤਾਨ ਇੰਟਰੋਡਿਊਸ ਪ੍ਰੋਫੈਸ਼ਨਲ ਕੋਰਸ ਇਨ ਐਜੂਕੇਸ਼ਨ? ਸੋ ਪ੍ਰੋਫੈਸ਼ਨਲ ਕੋਰਸ ਪੜ੍ਹਾਈ ਦੇ ਵਿੱਚ ਇੰਟਰੋਡਿਊਸ ਕੀਤੇ ਸੀ ਫਿਰੋਜ਼ ਸ਼ਾਹ ਤੁਗਲਕ ਨੇ। ਆਪਸ਼ਨ ਡੀ ਇਜ਼ਾਰਾਦਾਰੀ ਸਿਸਟਮ ਪਹਿਲੀ ਵਾਰੀ
ਕਿੱਥੇ ਇੰਟਰੋਡਿਊਸ ਕੀਤੀ ਗਈ? ਸੋ ਇਹ ਇੰਟਰੋਡਿਊਸ ਕੀਤੀ ਸੀ ਜਿਹੜੀ ਜ਼ਗੀਰ ਦੀ ਲੈਂਡ ਹੁੰਦੀ ਸੀ, ਆਪਸ਼ਨ ਬੀ। ਵਿਚ ਵਨ ਆਫ ਦ ਫੋਲੋਇੰਗ ਸੁਲਤਾਨ ਬ੍ਰੌਟ ਅਸ਼ੋਕਨ ਪਿਲਰ ਟੂ ਦਿੱਲੀ? ਸੋ ਅਸ਼ੋਕਨ ਪਿਲਰ ਨੂੰ ਦਿੱਲੀ ਕੌਣ ਲੈ ਕੇ ਆਇਆ? ਫਿਰੋਜ਼ ਸ਼ਾਹ ਤੁਗਲਕ, ਆਪਸ਼ਨ ਸੀ। ਚੌਗਾਨ ਖੇਡਦੇ ਹੋਏ ਕਿਹਦੀ ਮੌਤ ਹੋ ਗਈ ਸੀ? ਸੋ ਕਿਹੜੇ ਦਿੱਲੀ ਸਲਤਨਤ ਦੇ ਰੂਲਰ ਸੀ ਹੂ ਡਾਈਡ ਵਾਈਲ ਪਲੇਇੰਗ ਚੌਗਾਨ? ਸੋ ਹੀ ਵਾਸ ਆਪਸ਼ਨ ਡੀ, ਕੁਤੁਬਦੀਨ ਐਬਕ। ਕਿਹੜੇ ਦਿੱਲੀ ਦੇ ਸੁਲਤਾਨ ਨੇ ਟੈਕਸ ਅਬੋਲਿਸ਼ ਕੀਤਾ ਸੀ ਗ੍ਰੇਨਸ ਦੇ ਉੱਤੇ, ਜਿਹਨੂੰ ਜ਼ਾਕਤ ਕਿਹਾ ਜਾਂਦਾ ਸੀ? ਸੋ ਇਹਨੂੰ ਖਤਮ ਕੀਤਾ ਸੀ ਸਿਕੰਦਰ ਲੋਧੀ ਨੇ, ਆਪਸ਼ਨ ਡੀ। ਕੁਤੁਬਦੀਨ ਐਬਕ ਦੀ ਡੈਥ ਦੇ ਸਮੇਂ ਇਲਤੁਤਮਿਸ਼ ਕਿੱਥੋਂ ਦੇ ਸੂਬੇਦਾਰ ਸੀ? ਸੋ ਇਹ ਸੀ ਬਦਾਉਨ ਦੇ ਸੂਬੇਦਾਰ, ਆਪਸ਼ਨ ਸੀ। ਨੈਕਸਟ ਇਜ਼, ਵਿਚ ਆਫ ਦ ਫੋਲੋਇੰਗ ਪਲੇਸਿਸ ਵਾਜ਼ ਨੇਮਡ ਐਜ਼ ਖਿਜ਼ਰਾਬਾਦ? ਸੋ ਖਿਜ਼ਰਾਬਾਦ ਨਾਮ ਰੱਖਿਆ ਗਿਆ ਸਲਤਨਤ ਪੀਰੀਅਡ ਦੇ ਟਾਈਮ ਚਿਤੌੜ ਦਾ, ਆਪਸ਼ਨ ਬੀ। ਹੂ ਆਫ ਦ ਫੋਲੋਇੰਗ ਵਾਜ਼ ਦ ਸੁਲਤਾਨ ਆਫ ਦਿੱਲੀ ਐਟ ਦ ਟਾਈਮ ਆਫ ਤਿਮੁਰਸ ਇਨਵੇਜ਼ਨ? ਸੋ ਜਦੋਂ ਤਿਮੁਰ ਨੇ ਇਨਵੇਡ ਕੀਤਾ ਉਸ ਸਮੇਂ ਦਿੱਲੀ ਦੇ ਸੁਲਤਾਨ ਸੀ, ਆਪਸ਼ਨ ਡੀ, ਨਸੀਮੁਦੀਨ ਮਹਿਮੂਦ ਸ਼ਾਹ ਤੁਗਲਕ। ਨੈਕਸਟ ਇਜ਼, ਔਨ ਹੂਜ਼ ਕੁਆਇਨ ਦ ਨੇਮ ਆਫ ਲਾਸਟ ਖਲੀਫਾ ਆਫ ਬਗਦਾਦ ਅਪੀਅਰ ਫਾਰ ਦ ਫਸਟ ਟਾਈਮ? ਸੋ ਉਹ ਸੀ ਆਪਸ਼ਨ ਸੀ, ਅਲਾਉਦੀਨ ਖਿਲਜੀ। ਕਿਹੜੇ ਸੁਲਤਾਨ ਸੀ ਦਿੱਲੀ ਦੇ ਜਿਨ੍ਹਾਂ ਨੂੰ ਟਾਈਟਲ ਮਿਲਿਆ ਅਲੈਗਜ਼ੈਂਡਰ ਦ ਗ੍ਰੇਟ ਦਾ? ਸੋ ਇਹ ਟਾਈਟਲ ਦਿੱਤਾ ਗਿਆ ਅਲਾਉਦੀਨ ਖਿਲਜੀ ਨੂੰ। ਹੂ ਅਮੰਗ ਦ ਫੋਲੋਇੰਗ ਸੁਲਤਾਨ ਬਿਲਟ ਦ ਫਿਫਥ ਸਟੋਰੀ ਆਫ ਕੁਤੁਬ ਮੀਨਾਰ? ਕੁਤੁਬ ਮੀਨਾਰ ਦੀ ਪੰਜਵੀਂ ਸਟੋਰੀ ਕਿਹਨੇ ਬਣਾਈ? ਸੋ ਇਹ ਬਣਾਈ ਆਪਸ਼ਨ ਸੀ, ਫਿਰੋਜ਼ ਸ਼ਾਹ ਤੁਗਲਕ ਨੇ। ਇਹ ਕੁਐਸਚਨ ਵੀ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ। ਇਕਤਾ ਸਿਸਟਮ ਇੰਟਰੋਡਿਊਸ ਕਿਹਨੇ ਕੀਤਾ, ਸਟਾਰਟ ਕਿਹਨੇ ਕੀਤਾ? ਸੋ ਆਪਾਂ ਨੇ ਅਬੋਲਿਸ਼ਡ ਪੜ੍ਹਿਆ ਸੀ, ਸੋ ਇਕਤਾ ਸਿਸਟਮ ਸਟਾਰਟ ਕੀਤਾ ਸੀ ਆਪਸ਼ਨ ਏ, ਇਲਤੁਤਮਿਸ਼ ਨੇ। ਵਟ ਵਾਜ ਦਰੁਲ ਸ਼ਫਾ? ਜੋ ਫਿਰੋਜ਼ ਸ਼ਾਹ ਤੁਗਲਕ ਨੇ ਬਣਾਇਆ ਸੀ। ਸੋ ਦਰੁਲ ਸ਼ਫਾ ਸੀ ਇੱਕ ਫ੍ਰੀ ਹੋਸਪਿਟਲ, ਚੈਰੀਟੇਬਲ ਹੋਸਪਿਟਲ ਦਾ ਨਾਮ, ਆਪਸ਼ਨ ਬੀ। ਫੋਰ ਦ ਫਸਟ ਟਾਈਮ ਟੋਕਨ ਕਰੰਸੀ ਕਿਹਨੇ ਇੰਟਰੋਡਿਊਸ ਕੀਤੀ ਇੰਡੀਆ ਵਿੱਚ? ਸੋ ਦਿਸ ਹੈਡ ਬੀ ਇੰਟਰੋਡਿਊਸ ਬਾਏ ਮੁਹੰਮਦ ਬਿਨ ਤੁਗਲਕ, ਆਪਸ਼ਨ ਸੀ। ਵਿਚ ਆਫ ਦ ਫੋਲੋਇੰਗ ਵਾਜ ਨਾਟ ਇਸਟੈਬਲਿਸ਼ਡ ਬਾਏ ਫਿਰੋਜ਼ ਤੁਗਲਕ? ਸੋ ਫਿਰੋਜ਼ ਤੁਗਲਕ ਨੇ ਜਿਹੜੀ ਚੀਜ਼ ਇਸਟੈਬਲਿਸ਼ ਨਹੀਂ ਕੀਤੀ ਉਹ ਹੈ ਆਪਸ਼ਨ ਏ, ਦੀਵਾਨ ਏ ਮੁਸਤਖਰਾਸ, ਜਾਂ ਆਪਾਂ ਪਿੱਛੇ ਪੜ੍ਹ ਕੇ ਹਟਿਆ। ਬਾਕੀ ਇਹ ਤਿੰਨੋਂ ਚੀਜ਼ਾਂ ਫਿਰੋਜ਼ ਤੁਗਲਕ ਨੇ ਇਸਟੈਬਲਿਸ਼ ਕੀਤੀ ਹੈ। ਵਿਚ ਆਫ ਦ ਫੋਲੋਇੰਗ ਵਰਕ ਡਿਸਕ੍ਰਾਈਬ ਕੁਆਲਿਟੀਜ਼ ਆਫ ਐਨ ਆਈਡੀਅਲ ਮੁਸਲਿਮ ਰੂਲਰ? ਇੱਕ ਆਈਡੀਅਲ ਸਹੀ ਮੁਸਲਿਮ ਰੂਲਰ ਕੌਣ ਹੋਣਾ ਚਾਹੀਦਾ, ਉਹਦੀਆਂ ਕਿਹੜੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ? ਇਹ ਲਿਖਿਆ ਗਿਆ ਫਤਵਾ ਏ ਜਹਾਂਦਰੀ ਵਿੱਚ, ਆਪਸ਼ਨ ਡੀ। ਨੈਕਸਟ ਇਜ਼, ਕਿਹੜਾ ਸੁਲਤਾਨ ਹੈ ਜਿਹਨੂੰ ਟਾਈਟਲ ਦਿੱਤਾ ਉਮਦਤ ਉਲ ਨਿਸਵਾਨ ਦਾ ਕੁਆਇਨਸ ਦੇ ਉੱਤੇ? ਸੋ ਇਹ ਟਾਈਟਲ ਦਿੱਤਾ ਗਿਆ ਆਪਸ਼ਨ ਏ, ਰਜ਼ੀਆ ਸੁਲਤਾਨਾ ਨੂੰ। ਦ ਟ੍ਰਾਂਸਫਰ ਆਫ ਕੈਪੀਟਲ ਫਰੋਮ ਦਿੱਲੀ ਟੂ ਦੌਲਤਾਬਾਦ, ਕਿਹਦੇ ਆਰਡਰ ਦੇ ਉੱਤੇ ਟ੍ਰਾਂਸਫਰ ਕੀਤੀ ਗਈ ਕੈਪੀਟਲ? ਸੋ ਦਿਸ ਵਾਜ ਆਰਡਰਡ ਬਾਏ ਸੁਲਤਾਨ ਮੁਹੰਮਦ ਬਿਨ ਤੁਗਲਕ, ਆਪਸ਼ਨ ਸੀ। ਕਿਹੜੇ ਸੁਲਤਾਨ ਹੈ ਦਿੱਲੀ ਦੇ ਜਿਨ੍ਹਾਂ ਨੇ ਪਹਿਲੀ ਵਾਰੀ ਹਾਊਸ ਟੈਸਟ ਘੜੀ ਜਿਹਨੂੰ ਕਿਹਾ ਜਾਂਦਾ ਸੀ ਉਹ ਚਾਰਜ ਕੀਤਾ? ਸੋ ਇਹ ਕੀਤਾ ਸੀ ਆਪਸ਼ਨ ਬੀ, ਅਲਾਉਦੀਨ ਖਿਲਜੀ ਨੇ। ਨੈਕਸਟ ਇਜ਼, ਕਿਹੜੇ ਦਿੱਲੀ ਦੇ ਸੁਲਤਾਨ ਨੂੰ ਇਹ ਮੰਨਿਆ ਜਾਂਦਾ ਹੈ ਵੀ ਉਹ ਬਲੱਡ ਐਂਡ ਆਇਰਨ ਦੀ ਪਾਲਿਸੀ ਫੋਲੋ ਕਰਦੇ ਸੀ? ਸੋ ਉਹ ਸੀ ਬਲਬਨ, ਆਪਸ਼ਨ ਸੀ। ਤੁਗਲਕ ਡਾਇਨੈਸਟੀ ਦੇ ਆਖਰੀ ਰੂਲਰ ਕੌਣ ਸੀ? ਇੰਪੋਰਟੈਂਟ ਕੁਐਸਚਨ। ਸੋ ਉਹ ਸੀ ਨਸੀਰੁਦੀਨ ਮਹਿਮੂਦ। ਦ ਟਰਮ ਯੂਜ਼ਡ ਫਾਰ ਦ ਮੈਜਰਮੈਂਟ ਆਫ ਲੈਂਡ, ਸੋ ਕਿਹੜੀ ਟਰਮ ਸੀ ਜਿਹੜੀ ਲੈਂਡ ਨੂੰ ਮੈਜਰ ਕਰਨ ਦੇ ਲਈ, ਮਾਪਣ ਦੇ ਲਈ ਵਰਤੀ ਜਾਂਦੀ ਸੀ? ਸੋ ਉਹ ਸੀ ਮਸਾਹਿਲ, ਆਪਸ਼ਨ ਬੀ। ਕਿਹੜੀ ਡਾਇਨੈਸਟੀ ਸਭ ਤੋਂ ਘੱਟ ਸਮੇਂ ਦੇ ਲਈ ਰਹੀ ਸੀ ਦਿੱਲੀ ਸਲਤਨਤ ਪੂਰੇ ਰੂਲ ਦੇ ਟਾਈਮ, ਪੂਰੇ ਕੋਰਸ ਦੇ ਟਾਈਮ? ਸੋ ਉਹ ਸੀ ਖਿਲਜੀ ਡਾਇਨੈਸਟੀ। ਸੋ ਖਿਲਜੀ ਸ਼ੋਰਟੈਸਟ ਪੀਰੀਅਡ ਆਫ ਟਾਈਮ ਦੇ ਲਈ ਇਹਨਾਂ ਨੇ ਰੂਲ ਕੀਤਾ। ਸੁਲਤਾਨ ਹੂ ਡੈਸੀਕ੍ਰੇਟਡ ਦ ਪੂਰੀ ਜਗਨਨਾਥ ਟੈਂਪਲ ਐਂਡ ਜਵਾਲਾਮੁਖੀ ਟੈਂਪਲ ਆਫ ਕਾਂਗੜਾ, ਸੋ ਇਹ ਡਿਸਟਰੋਏ ਕੀਤੇ, ਆਪਸ਼ਨ ਸੀ, ਫਿਰੋਜ਼ ਸ਼ਾਹ ਤੁਗਲਕ ਨੇ। ਫੇਮਸ ਪੋਇਟ ਅਮੀਰ ਖੁਸਰਾਓ ਕਿਹਦੀ ਕੋਰਟ ਨਾਲ ਰਿਲੇਟਡ ਨੇ? ਆਪਸ਼ਨ ਬੀ, ਅਲਾਉਦੀਨ ਖਿਲਜੀ। ਸੋ ਜਦੋਂ ਵੀ ਮਿਡੀਵਲ ਇੰਡੀਆ ਹਿਸਟਰੀ ਤਿਆਰ ਕਰਨੀ ਹੈ, ਅਮੀਰ ਖੁਸਰਾਓ ਨਾਲ ਰਿਲੇਟਡ ਜਿੰਨੇ ਮੈਕਸੀਮਮ ਫੈਕਟ ਤੁਸੀਂ ਤਿਆਰ ਕਰ ਸਕਦੇ ਹੋ ਜ਼ਰੂਰ ਤਿਆਰ ਕਰੋ, ਕਿਉਂਕਿ ਆਲਮੋਸਟ ਹਰ ਐਗਜ਼ਾਮ ਦੇ ਵਿੱਚ ਤੁਹਾਨੂੰ ਇਹਨਾਂ ਨਾਲ ਰਿਲੇਟਡ ਇੱਕ ਕੁਐਸਚਨ ਪੱਕਾ ਦੇਖਣ ਨੂੰ ਮਿਲੂਗਾ। ਨੈਕਸਟ ਇਜ਼, ਵਿਚ ਆਫ ਦ ਫੋਲੋਇੰਗ ਸੁਲਤਾਨ ਆਫ ਦਿੱਲੀ ਵਾਜ਼ ਨੋਨ ਐਜ਼ ਲਾਖ ਬਖਸ਼? ਵੈਰੀ ਇੰਪੋਰਟੈਂਟ। ਸੋ ਇਹ ਕਿਹਾ ਜਾਂਦਾ ਸੀ ਕੁਤੁਬਦੀਨ ਐਬਕ ਨੂੰ।
ਦਿੱਲੀ ਸਲਤਨਤ ਦੇ ਸਮੇਂ ਜਿਹੜਾ ਐਡਮਿਨਿਸਟ੍ਰੇਟਿਵ ਯੂਨਿਟ ਸੀ ਪਰਗਾਨਾ, ਉਹਦੇ ਹੈੱਡ ਕੌਣ ਹੁੰਦੇ ਸੀ? ਸੋ ਅਲੱਗ ਅਲੱਗ ਜਿਵੇਂ ਹੁਣ ਆਪਣੇ ਡਿਸਟ੍ਰਿਕਟਸ ਨੇ, ਸਟੇਟਸ ਨੇ, ਵਿਲੇਜਸ ਨੇ, ਸੋ ਉਸ ਸਮੇਂ ਜਿਹੜੀ ਐਡਮਿਨਿਸਟ੍ਰੇਟਿਵ ਯੂਨਿਟ ਸੀ ਪਰਗਾਨਾ, ਉਹਦੇ ਹੈੱਡ ਸੀ ਆਪਸ਼ਨ ਏ ਆਮਿਲ। ਹੂ ਵਾਸ ਦਾ ਮੁਸਲਿਮ ਜਨਰਲ ਜਿਨ੍ਹਾਂ ਨੇ ਬੰਗਾਲ ਨੂੰ ਕੈਨਕਰ ਕੀਤਾ 13ਵੀਂ ਸੈਂਚਰੀ 'ਚ? ਸੋ ਇਹ ਕੀਤਾ ਸੀ ਬਖਤਿਆਰ ਖਿਲਜੀ ਨੇ, ਆਪਸ਼ਨ ਡੀ। ਜੈਨ ਉਲ ਅਬਦੀਨ, ਇਹਨਾਂ ਨੇ ਕਾਊ ਸਲੋਟਰ ਨੂੰ ਪ੍ਰੋਹਿਬਿਟ ਕੀਤਾ, ਰੋਕਿਆ, ਕਿੱਥੋਂ ਦੇ ਰੂਲਰ ਸੀ? ਸੋ ਇਹ ਸੀ ਕਸ਼ਮੀਰ ਦੇ ਰੂਲਰ, ਆਪਸ਼ਨ ਡੀ। ਹੂ ਆਫ ਦ ਫੋਲੋਇੰਗ ਰਾਜਪੂਤ ਰੂਲਰ ਗੇਵ ਡੋਨੇਸ਼ਨ ਫੋਰ ਰੀਕੰਸਟਰਕਸ਼ਨ ਆਫ ਮੋਸਕ? ਸੋ ਮੋਸਕ ਦੀ, ਮਸਜਿਦ ਦੀ ਰੀਕੰਸਟਰਕਸ਼ਨ ਦੇ ਲਈ ਕਿਹੜੇ ਰਾਜਪੂਤ ਰੂਲਰ ਨੇ ਡੋਨੇਟ ਕੀਤਾ ਸੀ ਪੈਸਾ? ਸੋ ਉਹ ਸੀ ਜੈ ਸਿੰਘ ਸਿੱਧਰਾਜ। ਇੰਡੀਆ ਦੇ ਪੈਰਟ ਕਿਹਨੂੰ ਕਿਹਾ ਜਾਂਦਾ ਹੈ? ਅਗੇਨ ਇੰਪੋਰਟੈਂਟ ਫੈਕਟ ਰਿਲੇਟਡ ਟੂ ਅਮੀਰ ਖੁਸਰੋ, ਇਹਦਾ ਰਾਈਟ ਆਨਸਰ ਹੈ ਆਪਸ਼ਨ ਸੀ। ਸੋ ਇੰਡੀਆ ਦੇ ਪੈਰਟ ਕਿਹਾ ਜਾਂਦਾ ਹੈ ਅਮੀਰ ਖੁਸਰੋ ਨੂੰ। ਗੀਤ ਗੋਬਿੰਦ ਕਿਹਨੇ ਲਿਖੀ ਹੈ? ਸੋ ਇਹਨੂੰ ਲਿਖਿਆ ਜੈ ਦੇਵ ਨੇ, ਆਪਸ਼ਨ ਬੀ। ਨੈਕਸਟ ਆਪਾਂ ਨੇ ਕੁਛ ਮੈਚ ਕਰਨੇ ਨੇ। ਸੋ ਪਹਿਲਾ ਹੈ ਅਲ ਬਿਰੂਨੀ। ਸੋ ਅਲ ਬਿਰੂਨੀ ਇਜ਼ ਰਿਲੇਟਡ ਟੂ ਤਾਰਿਕ ਏ ਹਿੰਦ, ਆਪਸ਼ਨ ਸੀ। ਹਸਨ ਨਿਜ਼ਾਮੀ, ਤਾਜ ਉਲ ਮਸੀਰ, ਮਿਨਹਾਜ ਉਸ ਸਿਰਾਜ, ਤਬਕੁਤ ਏ ਨਸੀਰੀ, ਵੈਰੀ ਵੈਰੀ ਇੰਪੋਰਟੈਂਟ, ਅਮੀਰ ਖੁਸਰੋ, ਤੁਗਲਕ ਨਾਮਾ। ਸੋ ਆਨਸਰ ਵਿਚ ਇਜ਼ ਰਾਈਟ ਇਜ਼ ਆਪਸ਼ਨ ਏ। ਨੈਕਸਟ ਇਸ ਜਿਹੜਾ ਬਲਬਨ ਸੀ, ਉਹਨਾਂ ਨੇ ਜਿਹੜੀ ਕਨਕੁਐਸਟ ਕਰਨ ਦੀ ਪਾਲਿਸੀ ਸੀ ਉਹਨੂੰ ਛੱਡਤਾ ਸੀ। ਹੁਣ ਉਹ ਸੋਚਦੇ ਸੀ ਕਿ ਜੋ ਉਹਨਾਂ ਕੋਲ ਆਲਰੇਡੀ ਪੂਰੀ ਸਲਤਨਤ ਤਿਆਰ ਹੋ ਗਿਆ, ਉਹ ਉਹਨੂੰ ਹੀ ਹੋਰ ਸਟਰੋਂਗ ਕਰਨ, ਕੰਸੋਲੀਡੇਟ ਕਰਨ। ਸੋ ਉਹਨਾਂ ਕਿਹੜਾ ਕਾਰਨ ਹੈ ਇਹਨਾਂ ਚਾਰਾਂ ਦੇ ਵਿੱਚੋਂ? ਸੋ ਕੁਐਸਚਨ ਇਸ, ਕਿਹੜਾ ਕਾਰਨ ਨਹੀਂ ਹੈ ਇਸ ਪਾਲਿਸੀ ਨੂੰ ਅਡੋਪਟ ਕਰਨ ਦਾ? ਕਿਹੜੀ ਪਾਲਿਸੀ ਨੂੰ? ਕਨਕੁਐਸਟ ਨੂੰ ਛੱਡਣਾ, ਕੰਸੋਲੀਡੇਟ ਨੂੰ ਅਪਣਾਉਣਾ। ਸੋ ਇਹਦਾ ਜਿਹੜਾ ਕਾਰਨ ਨਹੀਂ ਹੈ ਉਹ ਹੈ ਆਪਸ਼ਨ ਡੀ, ਹਿਜ਼ ਵੀਕ ਨੇਚਰ। ਸੋ ਬਲਬਨ ਦੀ ਨੇਚਰ ਬਿਲਕੁਲ ਵੀਕ ਨਹੀਂ ਸੀ। ਸੋ ਇਹ ਤਿੰਨ ਮੇਨ ਕਾਰਨ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਅਬੈਂਡਨ ਕੀਤੀ ਪਾਲਿਸੀ ਆਫ ਕਨਕੁਐਸਟ ਤੇ ਅਡੋਪਟ ਕੀਤੀ ਪਾਲਿਸੀ ਆਫ ਕੰਸੋਲੀਡੇਸ਼ਨ। ਨੈਕਸਟ ਇਜ਼ ਮੈਚ ਦੀ ਫੋਲੋਇੰਗ। ਸੋ ਅਲਾਊਦੀਨ ਖਿਲਜੀ ਇਜ਼ ਰਿਲੇਟਡ ਟੂ ਸੀਰੀ ਫੋਰਟ, ਆਪਸ਼ਨ ਟੂ। ਗਿਆਸੂਦੀਨ ਤੁਗਲਕ, ਤੁਗਲਕਾਬਾਦ ਦੇ ਫਾਊਂਡਰ, ਦੈਨ ਫਿਰੋਜ਼ ਸ਼ਾਹ ਤੁਗਲਕ, ਹਿਸਾਰ, ਸਿਕੰਦਰ ਲੋਧੀ ਕਿਹਦੇ ਫਾਊਂਡਰ ਨੇ? ਆਗਰਾ ਦੇ। ਸੋ ਫਾਊਂਡਰਸ ਦੇ ਨਾਮ ਨੇ ਤੇ ਨਾਲ ਪਲੇਸਿਸ ਨੇ। ਸੋ ਰਾਈਟ ਆਨਸਰ ਇਸ ਆਪਸ਼ਨ ਸੀ। ਰੇਹਲਾ ਕਿਸ ਭਾਸ਼ਾ ਵਿੱਚ ਲਿਖੀ ਗਈ? ਸੋ ਇਹਨੂੰ ਲਿਖਿਆ ਇਬਨ ਬਤੂਤਾ ਨੇ ਅਰੇਬਿਕ ਲੈਂਗੁਏਜ ਵਿੱਚ, 14th ਸੈਂਚਰੀ। ਇੰਪੋਰਟੈਂਟ, ਹੂ ਅਮੰਗ ਦ ਫੋਲੋਇੰਗ ਸਲਤਨਤ ਰੂਲਰ ਵਰ ਆਫ ਅਫਗਾਨ ਓਰੀਜਨ? ਸੋ ਅਫਗਾਨੀ ਸੀ ਇਹਨਾਂ ਵਿੱਚੋਂ, ਲੋਧੀ ਇਸ ਆਪਸ਼ਨ ਡੀ। ਇੰਗਲਿਸ਼ ਟਰੈਵਲਰ ਵਿਲੀਅਮ ਹਾਕਿਨ, ਇੰਡੀਆ ਦੇ ਵਿੱਚ ਇਹਨਾਂ ਨੇ ਵਿਜ਼ਿਟ ਕੀਤਾ ਕਿਹੜੇ ਮੁਗਲ ਐਮਪਰਰ ਦੇ ਟਾਈਮ? ਸੋ ਵਿਲੀਅਮ ਹਾਕਿਨਸ ਹੀ ਟਰੈਵਲ ਟੂ ਇੰਡੀਆ ਡਿਊਰਿੰਗ ਦ ਰੂਲ ਆਫ, ਆਪਸ਼ਨ ਟੀ, ਜਹਾਂਗੀਰ। ਰੀਸੈਂਟਲੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਹੌਜ਼ ਏ ਸ਼ਮਸੀ ਨੂੰ ਕਲੀਨ ਕੀਤਾ ਤੇ ਅਲਾਓ ਕੀਤਾ ਅਰਾਈਵਲ ਆਫ ਜਲ ਮੁਰਗੀ, ਅ ਹਿਮਾਲੀਅਨ ਬਰਡ। ਸੋ ਹੌਜ਼ ਏ ਸ਼ਮਸੀ ਕਿਹਦੇ ਦੁਆਰਾ ਬਣਾਇਆ ਗਿਆ ਸੀ? ਹੂ ਬਿਲਟ ਦਿਸ ਪਲੇਸ? ਸੋ ਦਿਸ ਹੈਡ ਬੀਨ ਬਿਲਟ ਬਾਏ, ਆਪਸ਼ਨ ਬੀ, ਇਲਤੁਤਮਿਸ਼। ਨੈਕਸਟ ਇਜ਼ ਗਾਜ਼ੀ ਮਲਿਕ, ਕਿਹੜੀ ਡਾਇਨੈਸਟੀ ਦੇ ਫਾਊਂਡਰ ਸੀ? ਸੋ ਇਹ ਸੀ ਆਪਸ਼ਨ ਏ, ਤੁਗਲਕ ਡਾਇਨੈਸਟੀ ਦੇ ਫਾਊਂਡਰ। ਮੁਹੰਮਦ ਗੌਰੀ ਨੇ ਬੈਟਲ ਆਫ ਚੰਦਵਾੜ ਦੇ ਵਿੱਚ ਕਿਹਨੂੰ ਹਰਾਇਆ? ਸੋ ਮੁਹੰਮਦ ਗੌਰੀ ਨੇ ਹਰਾਇਆ ਸੀ ਆਪਸ਼ਨ ਬੀ, ਜੈ ਚੰਦ ਨੂੰ। ਨੈਕਸਟ ਇਸ ਪਨਵਾਰ ਡਾਇਨੈਸਟੀ ਦੇ ਫਾਊਂਡਰ ਕੌਣ ਨੇ? ਸੋ ਪਨਵਾਰ ਡਾਇਨੈਸਟੀ ਦੇ ਫਾਊਂਡਰ ਨੇ ਆਪਸ਼ਨ ਬੀ, ਕਨਕਪਾਲ। ਸੋ ਜਦੋਂ ਵੀ ਆਪਾਂ ਚਾਹੇ ਆਪਣੇ ਮਿਡੀਵਲ ਹਿਸਟਰੀ ਦੇ ਵਿੱਚੋਂ ਦਿੱਲੀ ਸਲਤਨਤ ਤਿਆਰ ਕਰਨੇ ਨੇ, ਮੁਗਲਸ ਤਿਆਰ ਕਰਨੇ ਨੇ, ਜਿਹੜੀਆਂ ਵੀ ਹੋਰ ਹਿੰਦੂ ਰਿਲੇਟਿਡ ਡਾਇਨੈਸਟੀਜ਼ ਨਾਲ ਨਾਲ ਚੱਲ ਰਹੀਆਂ ਸੀ, ਆਪਾਂ ਨੇ ਉਹਨਾਂ ਦੇ ਵੀ ਜਿਹੜੇ ਮੇਨ ਫੈਕਟਸ ਨੇ ਉਹ ਤਿਆਰ ਕਰਨੇ ਨੇ। ਨੈਕਸਟ ਕੁਐਸਚਨ ਹੈ, ਜੈਚੰਦ ਨੂੰ ਮੁਹੰਮਦ ਗੌਰੀ ਨੇ ਕਿਹੜੀ ਲੜਾਈ ਵਿੱਚ ਹਰਾਇਆ? ਸੋ ਇਹਦੇ ਬਾਰੇ ਪਿੱਛੇ ਪੜ੍ਹ ਕੇ ਹਟਿਆ। ਸੋ ਇਹ ਸੀ ਆਪਸ਼ਨ ਸੀ, ਬੈਟਲ ਆਫ ਚੰਦਵਾਰ। ਕਦੋਂ ਹੋਈ? 1194 AD। ਵਿਚ ਮਿਡੀਵਲ ਇੰਡੀਅਨ ਰੂਲਰ ਸਟਾਰਟਡ ਦ ਸਿਸਟਮ ਆਫ ਪੱਤਾ ਕਬੂਲੀਅਤ? ਸੋ ਇਹ ਸਟਾਰਟ ਕੀਤਾ ਸੀ, ਇੰਪੋਰਟੈਂਟ ਕੁਐਸਚਨ, ਆਪਸ਼ਨ ਸੀ, ਸ਼ੇਰ ਸ਼ਾਹ ਸੂਰੀ। ਨੈਕਸਟ, ਕਿਹੜੀ ਚੀਜ਼ ਨਦੀ ਬਾਉਂਡਰੀ ਬਣ ਗਈ ਸੀ, ਦੀਵਾਰ ਬਣ ਗਈ ਸੀ ਅਲਾਊਦੀਨ ਖਿਲਜੀ ਦੇ ਟਾਈਮ ਪੀਰੀਅਡ ਵਿੱਚ ਦਿੱਲੀ ਸੁਲਤਾਨ ਤੇ ਮੰਗੋਲਸ ਦੇ ਵਿਚਾਲੇ? ਸੋ ਉਹ ਸੀ ਆਪਸ਼ਨ ਬੀ, ਰਾਵੀ ਰਿਵਰ। ਚੰਗੇਜ਼ ਗੈਂਗਿਸ ਖਾਨ ਦਾ ਅਸਲੀ ਨਾਮ ਕੀ ਸੀ? ਸੋ ਇਹਨਾਂ ਦਾ ਅਸਲੀ ਨਾਮ ਸੀ ਤਿਮੋਜ਼ਿਨ, ਆਪਸ਼ਨ ਸੀ।
ਭਗਤੀ ਟ੍ਰੈਡੀਸ਼ਨ ਜਿਹੜਾ ਸਾਊਥ ਇੰਡੀਆ ਦੇ ਵਿੱਚ ਸੀ ਇਹਦੇ ਨਾਲ ਰਿਲੇਟਡ ਇੰਪੋਰਟੈਂਟ ਆਪਾਂ ਨੇ ਦੱਸਣਾ ਹੈ ਵੀ ਕਰੈਕਟ ਸਟੇਟਮੈਂਟ ਕਿਹੜੀ ਹੈ ਇਹਨਾਂ ਤਿੰਨਾਂ ਦੇ ਵਿੱਚੋਂ। ਸੋ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਸਟੇਟਮੈਂਟ ਸਹੀ ਹੈ ਰਿਲੇਟਡ ਟੂ ਭਗਤੀ ਟ੍ਰੈਡੀਸ਼ਨ ਇਨ ਸਾਊਥ ਇੰਡੀਆ ਉਹ ਹੈ ਫਸਟ ਐਂਡ ਸੈਕਿੰਡ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਅਰਲੀਐਸਟ ਭਗਤੀ ਮੂਵਮੈਂਟ ਇਨ ਇੰਡੀਆ ਵਰ ਲੈਡ ਬਾਈ ਅਲਵਰ ਤੇ ਨਯਾਨਾਰ ਸੇਂਟ। ਸੋ ਨਲਿਆਰੀ ਫ੍ਰੀਕੁਐਂਟਲੀ ਡਿਸਕ੍ਰਾਈਬ ਇਸ ਤਮਿਲ ਵੇਦ ਇਜ਼ ਐਨ ਐਂਥੋਲੋਜੀ ਆਫ ਕੰਪੋਜੀਸ਼ਨ ਬਾਈ ਅਲਵਰ। ਸੋ ਅਲਵਰ ਨੇ ਜੋ ਲਿਖਿਆ ਹੋਇਆ ਇਹਦੇ ਵਿੱਚ ਹੈ ਤਮਿਲ ਵੇਦ ਵਿੱਚ। ਲਾਸਟ ਆਪਣੀ ਥਰਡ ਸਟੇਟਮੈਂਟ ਹੈ ਕਰਾਇਕਲ ਅਮੇਅਰ ਵਿਮੈਨ ਅਲਵਰ ਸੇਂਟ ਸਪੋਰਟਡ ਪੈਟਰੀਆਰਕਲ ਨੋਰਮ। ਸੋ ਇਹਨਾਂ ਨੇ ਇੱਕ ਤਾਂ ਅਲਵਰ ਸੇਂਟ ਨਹੀਂ ਸੀ, ਦੂਜਾ ਇਹਨਾਂ ਨੇ ਪੈਟਰੀਆਰਕਲ ਨੋਰਮਸ ਨੂੰ ਸਪੋਰਟ ਨਹੀਂ ਸੀ ਕੀਤਾ, ਉਹਨਾਂ ਦੇ ਅਗੇਂਸਟ ਸੀ। ਸੋ ਇਸੇ ਲਈ ਥਰਡ ਸਟੇਟਮੈਂਟ ਗਲਤ ਹੋ ਜਾਂਦੀ ਹੈ, ਫਸਟ ਐਂਡ ਸੈਕਿੰਡ ਆਰ ਕਰੈਕਟ। ਹੂ ਅਮੰਗ ਦ ਫੋਲੋਇੰਗ ਸੂਫੀਜ਼ ਹੈਜ਼ ਕਾਲਡ ਇੰਡੀਆ ਪੈਰਾਡਾਈਜ਼ ਔਨ ਅਰਥ। ਸੋ ਇੰਡੀਆ ਨੂੰ ਪੈਰਾਡਾਈਜ਼ ਕਹਿ ਧਰਤੀ ਦਾ ਅਮੀਰ ਖੁਸਰਾਓ ਨੇ ਆਪਸ਼ਨ ਡੀ। ਕਿਹੜਾ ਸੈਕਟ ਹੈ ਸੂਫੀਜ਼ ਦਾ ਜਿਹਨੇ ਯੋਗ ਨੂੰ ਅਡੋਪਟ ਕੀਤਾ? ਸੋ ਯੋਗ ਨੂੰ ਅਡੋਪਟ ਕੀਤਾ ਚਿਸ਼ਤੀਆ ਨੇ, ਆਪਸ਼ਨ ਸੀ। ਖਾਨਖਾ ਕੀ ਹੈ? ਬਾਰ ਬਾਰ ਇਹ ਕੁਐਸਚਨ ਐਗਜ਼ਾਮ ਵਿੱਚ ਰਿਪੀਟ ਹੁੰਦਾ, ਤੁਸੀਂ ਕੋਈ ਵੀ ਕੁਐਸਚਨ ਪੇਪਰ ਚੱਕ ਕੇ ਦੇਖ ਲਓ, PSSSB ਦੇ ਵੀ ਇੱਕ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆ ਚੁੱਕਿਆ ਹੈ। ਸੋ ਖਾਨਖਾ ਹੈ ਉਹ ਜਗ੍ਹਾ ਜਿੱਥੇ ਸੂਫੀ ਮਿਸਟਿਕ ਰਹਿੰਦੇ ਨੇ, ਆਪਸ਼ਨ ਬੀ। ਵਿਚ ਵਨ ਆਫ ਦ ਫੋਲੋਇੰਗ ਸੂਫੀ ਸੇਂਟ ਆਫ ਚਿਸ਼ਤੀਆ ਆਰਡਰ ਵਾਸ ਕਾਲਡ ਚਿਰਾਗ ਏ ਦਹਿਲਵੀ। ਸੋ ਇਹ ਕਿਹਾ ਜਾਂਦਾ ਹੈ ਸ਼ੇਖ ਨਸੀਰੂਦੀਨ ਨੂੰ, ਆਪਸ਼ਨ ਸੀ। ਨਿਜ਼ਾਮੂਦੀਨ ਔਲੀਆ ਦੇ ਡਿਸਿਪਲ ਕੌਣ ਸੀ? ਸੋ ਇਹਨਾਂ ਨੂੰ ਜਿਹੜੇ ਫੋਲੋ ਕਰਦੇ ਸੀ ਉਹ ਸੀ ਅਮੀਰ ਖੁਸਰੋ, ਆਪਸ਼ਨ ਏ। ਸੂਫੀ ਸੇਂਟ ਹੂ ਵਾਸ ਸਪੋਜ਼ਡ ਟੂ ਬੀ ਗ੍ਰੇਟੈਸਟ ਮਿਊਜ਼ੀਸ਼ੀਅਨ ਆਫ ਦਾ ਏਜ। ਸੋ ਸਭ ਤੋਂ ਵੱਡੇ ਮਿਊਜ਼ੀਸ਼ੀਅਨ ਉਸ ਸਮੇਂ ਦੇ ਸੂਫੀ ਟਾਈਮ ਦੇ ਸੀ, ਆਪਸ਼ਨ ਸੀ ਪੀਰ ਬੋਧਨ। ਹੂ ਅਮੰਗ ਦ ਫੋਲੋਇੰਗ ਸੂਫੀ ਸੇਂਟ ਵਿਟਨੈਸ ਦ ਰੂਲ ਆਫ 7th ਸੁਲਤਾਨ ਆਫ ਡੈਲੀ। ਸੋ ਦਿੱਲੀ ਦੇ ਜਿਹੜੇ ਵੀ ਅਲੱਗ ਅਲੱਗ ਸੁਲਤਾਨ ਆਏ ਸੀ ਜਿਨ੍ਹਾਂ ਨੇ ਦਿੱਲੀ ਉੱਤੇ ਆ ਕੇ ਰਾਜ ਕੀਤਾ, ਕਿਹੜੇ ਸੂਫੀ ਸੇਂਟ ਨੇ ਜਿਨ੍ਹਾਂ ਨੇ 7 ਦੇ 7 ਸੁਲਤਾਨ ਦਾ ਰੂਲ ਦੇਖਿਆ? ਉਹ ਸੀ ਆਪਸ਼ਨ ਬੀ ਸ਼ੇਖ ਨਿਜ਼ਾਮੂਦੀਨ ਔਲੀਆ। ਸੋ ਇਹਨਾਂ ਵਿੱਚੋਂ ਕਿਹੜੇ ਸੂਫੀ ਸੀ ਜਿਹੜੇ ਲੇਡੀਜ਼ ਦੀ ਤਰ੍ਹਾਂ ਡਰੈਸਅਪ ਹੁੰਦੇ ਸੀ, ਵੀਅਰ ਲੇਡੀਜ਼ ਡਰੈਸ? ਉਹ ਸੀ ਸ਼ੇਖ ਮੂਸਾ, ਆਪਸ਼ਨ ਏ। ਸੂਫੀ ਆਰਡਰ ਦੇ ਫਾਊਂਡਰ ਕਿਹਨੂੰ ਮੰਨਿਆ ਜਾਂਦਾ ਹੈ? ਇੰਪੋਰਟੈਂਟ ਕੁਐਸਚਨ। ਸੋ ਫਾਊਂਡਰ ਆਪਾਂ ਮੰਨਦੇ ਹਾਂ ਖਵਾਜ਼ਾ ਮੋਇਨੁਦੀਨ ਚਿਸ਼ਤੀ ਨੂੰ। ਹੂ ਅਮੰਗ ਦ ਫੋਲੋਇੰਗ ਵਾਸ ਦ ਫਸਟ ਭਗਤੀ ਸੇਂਟ ਟੂ ਯੂਜ਼ ਹਿੰਦੀ। ਸੋ ਪਹਿਲੇ ਭਗਤੀ ਸੇਂਟ ਜਿਨ੍ਹਾਂ ਨੇ ਪ੍ਰਚਾਰ ਕਰਨ ਦੇ ਲਈ ਲੋਕਾਂ ਤੱਕ ਭਗਤੀ ਦਾ ਜਿਹੜਾ ਮੈਸੇਜ ਹੈ ਉਹ ਪਹੁੰਚਾਉਣ ਲਈ ਹਿੰਦੀ ਭਾਸ਼ਾ ਦੀ ਵਰਤੋਂ ਕੀਤੀ, ਉਹ ਸੀ ਰਾਮਾਨੰਦ, ਆਪਸ਼ਨ ਸੀ। ਵਿਚ ਫਿਲੋਸਫੀ ਇਜ਼ ਨੋਨ ਐਸ ਅਦਵੈਤਵਾਦ? ਅਦਵੈਤਵਾਦ ਕਿਹਾ ਜਾਂਦਾ ਹੈ ਸ਼ੰਕਰਾਚਾਰਿਆ ਦੀ ਫਿਲੋਸਫੀ ਨੂੰ, ਆਪਸ਼ਨ ਏ। ਵਿਚ ਚਿਸ਼ਤੀ ਸੇਂਟ ਵਰਸਿਸ ਆਰ ਕੋਟਡ ਇਨ ਆਦਿ ਗ੍ਰੰਥ ਆਫ ਸਿੱਖ? ਸੋ ਜਿਹੜੇ ਆਪਣੇ ਸਿੱਖ ਰਿਲੀਜਨ ਦਾ ਆਦਿ ਗ੍ਰੰਥ ਹੈ ਉਹਦੇ ਵਿੱਚ ਜਿਹੜੇ ਵਰਸਿਸ ਨੇ ਉਹ ਕੋਟ ਕੀਤੇ ਗਏ ਨੇ ਬਾਬਾ ਫਰੀਦ ਦੇ, ਆਪਸ਼ਨ ਸੀ ਫਰੀਦੁਦੀਨ। ਨੈਕਸਟ ਹੁਣ ਆਪਣੇ ਕੋਲ ਇੱਕ ਸਾਈਡ ਤੇ ਸੇਂਟਸ ਨੇ, ਦੂਜੀ ਸਾਈਡ ਤੇ ਆਰਡਰ। ਸੋ ਆਪਾਂ ਨੇ ਇਹਨਾਂ ਨੂੰ ਮੈਚ ਕਰਨਾ ਹੈ। ਸੋ ਬਾਬਾ ਫਰੀਦ ਇਜ਼ ਰਿਲੇਟਡ ਟੂ ਆਪਸ਼ਨ 2 ਚਿਸ਼ਤੀ ਆਰਡਰ, ਸ਼ੇਖ ਹਮੀਦੁਦੀਨ ਨਗੌਰੀ ਇਜ਼ ਰਿਲੇਟਡ ਟੂ ਸੋਹਰਾਵਰਦੀ ਆਰਡਰ, ਮੀਆਂ ਮੀਰ ਵੈਰੀ ਇੰਪੋਰਟੈਂਟ ਕਾਦਰੀ ਆਰਡਰ ਐਂਡ ਸ਼ਾਹ ਵਲੀਉੱਲਾ ਨਕਸ਼ਬੰਦੀਆ ਆਰਡਰ 4। ਸੋ ਰਾਈਟ ਆਨਸਰ ਹੇਅਰ ਇਜ਼ ਆਪਸ਼ਨ ਬੀ। ਨੈਕਸਟ ਆਪਾਂ ਨੇ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਦੱਸਣਾ ਹੈ ਰਿਫੋਰਮਰਸ ਆਫ ਦ ਮਿਡੀਵਲ ਭਗਤੀ ਮੂਵਮੈਂਟਸ ਬਾਈ ਯੂਜ਼ਿੰਗ ਕੋਡ ਗਿਵਨ ਬਿਲੋ। ਸੋ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਸੀ ਰਾਮਾਨੰਦ, ਦੈਨ ਕਬੀਰ, ਨਾਮਦੇਵ, ਭੱਲਭਚਾਰਿਆ। ਸੋ ਆਨਸਰ ਇਜ਼ ਆਪਸ਼ਨ ਸੀ। ਨੈਕਸਟ ਹੈ ਭਗਤੀ ਸੇਨ ਤੇ ਉਹਨਾਂ ਦਾ ਪ੍ਰੋਫੈਸ਼ਨ, ਅਨਦਰ ਇੰਪੋਰਟੈਂਟ ਕੁਐਸਚਨ। ਸੋ ਨਾਮਦੇਵ ਕੀ ਸੀ? ਇੱਕ ਟੇਲਰ ਸੀ, ਦੈਨ ਕਬੀਰ ਇੱਕ ਵੀਵਰ, ਰਵਿਦਾਸ ਇੱਕ ਕੋਬਲਰ ਸੀ ਤੇ ਸੇਨ ਇੱਕ ਬਾਰਬਰ ਸੀ। ਸੋ ਆਨਸਰ ਇਜ਼ ਆਪਸ਼ਨ ਡੀ। ਇਹਨਾਂ ਦੇ ਵਿੱਚੋਂ ਕਿਹੜੇ ਸੂਫੀ ਨੂੰ ਮੁਜ਼ਾਜ਼ਿਦ ਦਾ ਰਿਫੋਰਮਰ ਕਿਹਾ ਜਾਂਦਾ ਹੈ? ਸੋ ਮੁਜ਼ਾਜ਼ਿਦ ਔਰ ਰਿਫੋਰਮਰ ਕਿਹਾ ਜਾਂਦਾ ਹੈ ਸ਼ੇਖ ਅਹਿਮਦ ਸਰਹੰਦੀ ਨੂੰ। ਗੁਰੂ ਗ੍ਰੰਥ ਸਾਹਿਬ ਜੋ ਆਪਣੀ ਪ੍ਰੈਜੈਂਟ ਫਾਰਮ ਦੇ ਵਿੱਚ ਨੇ ਉਹਨਾਂ ਨੂੰ ਕੰਪਾਇਲ ਕਿਹਨੇ ਕੀਤਾ? ਸੋ ਕੰਪਾਇਲ ਕੀਤਾ ਹੈ ਆਪਸ਼ਨ ਸੀ ਗੁਰੂ ਅਰਜਨ ਦੇਵ ਜੀ ਨੇ। ਨੈਕਸਟ ਇਜ਼ ਸ਼ੇਖ ਉਲ ਹਿੰਦ, ਇਹ ਟਾਈਟਲ ਕਿਹਨੂੰ ਦਿੱਤਾ ਗਿਆ? ਸੋ ਦਿਸ ਟਾਈਟਲ ਵਾਸ ਗਿਵਨ ਟੂ ਖਵਾਜ਼ਾ ਮੋਇਨੁਦੀਨ ਚਿਸ਼ਤੀ। ਸਿੱਖ ਖਾਲਸਾ ਕਿਹਨੇ ਫਾਊਂਡ ਕੀਤਾ? ਸੋ ਦਿਸ ਵਾਸ ਫਾਊਂਡਡ ਬਾਈ ਗੁਰੂ ਗੋਬਿੰਦ ਸਿੰਘ ਜੀ, ਆਪਸ਼ਨ ਡੀ। ਨੈਕਸਟ ਇਸ ਗੁਰਮੁਖੀ ਸਕ੍ਰਿਪਟ ਕਿਹਨੇ ਸਟਾਰਟ ਕੀਤੀ? ਸੋ ਦਿਸ ਵਾਸ ਸਟਾਰਟਡ ਬਾਈ ਗੁਰੂ ਅੰਗਦ ਦੇਵ ਜੀ।
So now we have to arrange Sikh gurus in chronological order. So sab to pehla Guru Ram Das ji, then Guru Arjan Dev ji, Guru Har Gobind ji, then Guru Tegh Bahadur ji. So right answer is option A. Next is Sheikh Maunuddin Bakhtiar Kaki te Farududdin Ganje Shikhar. Ek kaun si? So ye dono hi Chishti Saint si. Right answer is option C. What was Ziyarat? ਸੂਫੀ ਦੀ ਜਦ ਭਾਸ਼ਾ ਦੀ ਗੱਲ ਕਰੀਏ ਸੂਫੀਸ ਦੀ ਲੈਂਗੁਏਜ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜ਼ਿਆਰਤ ਕਿਹਾ ਜਾਂਦਾ ਹੈ ਪਿਲਗ੍ਰੀਮੇਜ ਟੂ ਦ ਟੋਮਸ ਆਫ ਸੂਫੀ ਸੇਂਟ ਫਾਰ ਸੀਕਿੰਗ ਬਰਕਤ ਸਪਿਰਚੁਅਲ ਗ੍ਰੇਸ ਦੇ ਲਈ ਬਰਕਤ ਲੈਣ ਦੇ ਲਈ ਜਦੋਂ ਸੂਫੀ ਸੇਂਟਸ ਦੇ ਟੋਮਸ ਦੇ ਵਿੱਚ ਜਾਇਆ ਜਾਂਦਾ ਹੈ ਪਿਲਗ੍ਰੀਮੇਜ ਕੀਤੀ ਜਾਂਦੀ ਹੈ ਸੋ ਉਹਨੂੰ ਕਿਹਾ ਜਾਂਦਾ ਹੈ ਜ਼ਿਆਰਤ ਆਪਸ਼ਨ ਏ ਵੈਰੀ ਇੰਪੋਰਟੈਂਟ ਟਰਮ ਨੈਕਸਟ ਇਜ਼ ਇਹਨਾਂ ਚਾਰਾਂ ਦੇ ਵਿੱਚੋਂ ਭਗਤੀ ਕਲਟ ਦੇ ਪ੍ਰੋਪੋਨੈਂਟ ਕੌਣ ਨਹੀਂ ਸੀ So, OC option A, Nagarjuna. Which of the following Sufi saint is known as Mahubi Ilahi? Mahubi Ilahi keha janda hai, Nizamuddin Aulia option B. Let no man ask a man sect or caste. Koi bhi aadmi, dujje aadmi to odi jaat paat de bare na puchhe. A statement ditti si Ramanand ne option B. ਕਿਹੜੇ ਸੂਫੀ ਸੇਂਟ ਸੀ ਜਿਹੜੇ ਅਜਮੇਰ ਜਾ ਕੇ ਸੈਟਲ ਹੋਏ ਸੋ ਉਹ ਸੀ ਸ਼ੇਖ ਮੌਨੁਦੀਨ ਚਿਸ਼ਤੀ ਆਪਸ਼ਨ ਏ ਹੂਸ ਡਿਸਿਪਲ ਵਾਸ ਖਵਾਜਾ ਮੌਨੁਦੀਨ ਚਿਸ਼ਤੀ ਸੋ ਇਹ ਸੀ ਡਿਸਿਪਲ ਖਵਾਜਾ ਉਸਮਾਨ ਹਰੂਨੀ ਦੇ ਨੈਕਸਟ ਇਜ਼ ਲਾਸਟ ਕੁਐਸਚਨ ਫਾਰ ਟੂਡੇਜ਼ ਮਿਡੀਵਲ ਇੰਡੀਆ ਹਿਸਟਰੀ ਐਮ ਸੀ ਕਿਊ ਮੇਗਾ ਸੈਸ਼ਨ ਫੇਮਸ ਮਿਡੀਵਲ ਸੇਂਟ ਸ਼ੰਕਰ ਦੇਵ ਕਿਹੜੇ ਕਲਟ ਨੂੰ ਬਿਲੋਂਗ ਕਰਦੇ ਸੀ ਸੋ ਹੀ ਬਿਲੋਂਗ ਟੂ ਵੈਸ਼ਨਵ ਕਲਟ ਆਪਸ਼ਨ ਬੀ ਸੋ ਦਿਸ ਵਾਸ ਆਲ ਅਬਾਊਟ ਟੂਡੇਜ਼ ਲੈਕਚਰ ਆਈ ਹੋਪ ਯੂ ਲਾਈਕ ਦ ਵੀਡੀਓ ਪਲੀਜ਼ ਡੂ ਸਬਸਕ੍ਰਾਈਬ ਟੂ ਮਾਈ ਚੈਨਲ ਕੀਪ ਸਪੋਰਟਿੰਗ ਵਿਕਟਰਸ ਨੌਲੇਜ ਥੈਂਕ ਯੂ ਐਂਡ ਗੁੱਡ ਲੱਕ